ਆਪਣੇ ਸਟੇਟ ਦੇ ਵਿੱਚ ਇੱਕ ਨੰਬਰ ਹੈਗਾ ਸ਼ੁਰੂ ਹੋਇਆ ਜਿਹਦਾ ਨੰਬਰ ਹੈਗਾ 112 ਠੀਕ ਹੈ। ਪਹਿਲਾਂ ਅਸੀਂ ਕੀ ਕਰਦੇ ਸੀ ਪੁਲਿਸ ਸਹਾਇਤਾ ਲਈ 100 ਨੰਬਰ ਡਾਇਲ ਕਰਦੇ ਸੀ, 101 ਲਈ ਫਾਇਰ ਸੈਂਟਰ ਲਈ ਕਾਲ ਕਰਦੇ ਸੀ, 108 ਐਂਬੂਲੈਂਸ ਗੱਡੀ ਲਈ ਆਪਾਂ ਕਾਲ ਕਰਦੇ ਹਾਂ। ਹੁਣ ਤਿੰਨਾਂ ਨੂੰ ਕੰਬਾਈਨ ਕਰਕੇ 112 ਨੰਬਰ ਜਿਹੜਾ ਉਸ ਤੇ ਅਸੀਂ ਡਾਇਲ ਕੀਤੀ ਤੇ ਪ੍ਰੋਪਰ ਲੋਕੇਸ਼ਨ ਸਮਝਾ ਦੇਣੀ ਹੈ। ਇਹ ਨਹੀਂ ਕਹਿਣਾ ਕਿ ਜਿੰਦਰਾ ਕਾਲਜ ਕੋਲ ਫਿਰ ਅੰਦਰ ਸਟੂਡੈਂਟ ਨਾਲ ਹਾਦਸਾ ਵਾਪਰ ਗਿਆ, ਉਹਨੂੰ ਪ੍ਰੋਪਰ ਲੋਕੇਸ਼ਨ ਸਮਝਾਉਣੀ ਕਿ ਜੋ ਪਿੱਛੇ ਦਾ ਲਾਇਬ੍ਰੇਰੀ ਉੱਤੇ ਜਿਹੜਾ ਹਾਲ ਹੈਗਾ ਸੈਮੀਨਾਰ ਹਾਲ ਬਣਿਆ ਹੋਇਆ ਇਸ ਜਗ੍ਹਾ ਉੱਤੇ ਆਹ ਪ੍ਰੋਬਲਮ ਹੈ, ਉੱਥੇ ਕਿਹਾ ਵਿਕਟਮ ਪਿਆ ਹੋਇਆ ਠੀਕ ਹੈ, ਤਾਂ ਕਿ ਉਸਨੂੰ ਪ੍ਰੋਪਰ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਐਂਬੂਲੈਂਸ ਗੱਡੀ ਨੂੰ ਜਦੋਂ ਕਾਲ ਕਰਦੀ ਤਾਂ ਉੱਥੇ ਜਿੱਥੇ ਸੱਪ ਨੇ ਡੰਗ ਮਾਰਿਆ ਹੋਇਆ ਉਸਨੂੰ ਦਿਲ ਦੇ ਲੈਵਲ ਤੋਂ ਬਿਲੋ ਰੱਖਣਾ, ਆਖਰੀ ਰੱਖਣਾ ਹੈਗਾ ਠੀਕ ਹੈ, ਉਸਨੂੰ ਨੀਵਾਂ ਰੱਖਣਾ। ਕਿਉਂ ਜਿਸ ਤਰ੍ਹਾਂ ਨੋਰਮਲ ਫਲੋ ਨਾਲ ਬਲੱਡ ਆ ਰਿਹਾ ਡ੍ਰੌਪ ਨਿਕਲ ਰਿਹਾ ਉਹਨੂੰ ਨਿਕਲ ਦੇ ਰਿਹਾ, ਉਸਨੂੰ ਸਾਬਣ ਪਾਣੀ ਨਾਲ ਵਾਸ਼ ਕਰ ਦੇਣਾ ਹੈਗਾ। ਅਤੇ ਇੱਕ ਨੋਟ ਕਰ ਲਓ, ਐਂਟੀ ਡੋਟ ਸਨੇਕ ਬਾਈਟ ਦੇ ਵਿੱਚ ਗੌਰਮੈਂਟ ਹੋਸਪਿਟਲ ਦੇ ਵਿੱਚ ਇਸ ਨੂੰ ਇੱਕ ਐਂਟੀ ਡੋਟਸ ਦਾ ਟ੍ਰੀਟਮੈਂਟ ਜਿਹੜਾ ਦਿੱਤਾ ਜਾਂਦਾ ਟਾਈਮਲੀ, ਤੁਸੀਂ ਫਟਾਫਟ ਉਸ ਨੂੰ ਕਿਸੇ ਵੱਡੇ ਨੇੜੇ ਦੇ ਸਰਕਾਰੀ ਹੋਸਪਿਟਲ ਜਾਂ ਮੈਡੀਕਲ ਕਾਲਜ ਵਿੱਚ ਹੈ ਤੁਸੀਂ ਬਚਾਉ ਹੈ ਤਾਂ ਕਿ ਉਸਨੂੰ ਐਂਟੀ ਡੋਟ ਜਿਹੜਾ ਟ੍ਰੀਟਮੈਂਟ। ਸੱਪ ਦੇ ਡੰਗੇ ਦਾ ਬੇਟੇ ਐਂਟੀ ਡੋਟ ਠੀਕ ਹੈ, ਐਂਟੀ ਡੋਟ ਹੁੰਦਾ ਹੈ ਜ਼ਹਿਰ ਨਾਸ਼ਕ ਦਵਾਈ ਦਾ ਟੀਕਾ। ਸੱਪ ਜੇ ਸਿੱਧਾ ਡੰਗ ਮਾਰ ਦਿੰਦਾ ਹੈ ਜ਼ਹਿਰੀਲਾ ਹੋਵੇ ਤਾਂ ਬੰਦੇ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਹ ਐਂਟੀ ਡੋਟਸ ਵੀ ਸਨੇਕ ਜਿਹੜਾ ਵੈਨਮ ਹੈ ਉਸ ਤੋਂ ਹੀ ਤਿਆਰ ਕੀਤੇ ਜਾਂਦੇ ਨੇ ਠੀਕ ਹੈ, ਤਾਂ ਇੱਕ ਕੁਆਲੀਫਾਈਡ ਇੱਕ ਡਾਕਟਰ ਜਿਹੜਾ ਹੈ ਉਸਦੀ ਹਾਲਤ ਦੇਖ ਕੇ ਹਿਸਟਰੀ ਲੈ ਕੇ ਫਿਰ ਫਟਾਫਟ ਉਸਨੂੰ ਐਂਟੀਵੈਨਮ ਜਿਹੜਾ ਟ੍ਰੀਟਮੈਂਟ ਦੇ ਕੇ ਉਸਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ। ਲੇਕਿਨ ਅੰਧ ਵਿਸ਼ਵਾਸਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਠੀਕ ਹੈ। ਕੋਈ ਬੰਦਾ ਕਹਿੰਦਾ ਜੀ ਮਰਕਾ ਲਾਉਣ ਵਾਲਾ ਬੈਠਾ ਹੋਇਆ ਕੋਈ ਸਿਆਣਾ, ਕੋਈ ਕਹਿੰਦਾ ਜੀ ਪੱਛ ਲਾ ਕੇ ਜਹਿਰ ਨੂੰ ਚੂਸ ਦਿੰਦੇ ਹਾਂ ਕਰ ਦਿੰਦੇ ਹਾਂ, ਜਾਂ ਕੋਈ ਬੰਦਾ ਕਹਿੰਦਾ ਜੀ ਮੂੰਹ ਲਾ ਕੇ ਜਹਿਰ ਨੂੰ ਚੂਸਿਆ ਜਾ ਸਕਦਾ ਹੈ। ਡਾਇਰੈਕਟ ਮਾਊਥ ਨਾਲ ਸਕਿੰਗ ਕਰਨਾ ਇੱਕ ਫਸਟ ਏਡ ਦੀ ਜ਼ਿੰਦਗੀ ਵੀ ਖਤਰੇ 'ਚ ਪੈ ਸਕਦੀ ਹੈ। ਉਹਦੇ ਨਾਲ ਕੀ ਹੋਊਗਾ ਜਿਹੜਾ ਬਾਹਰ ਫੈਲਿਆ ਹੋਇਆ ਜਿਹੜਾ ਜ਼ਹਿਰ ਸੀਗਾ ਬਲੱਡ ਰਾਹੀਂ ਬਾਹਰ ਆ ਰਿਹਾ, ਇਹ ਤੁਹਾਡੀ ਬਾਡੀ 'ਚ ਚਲਾ ਗਿਆ ਅਤੇ ਹੋ ਸਕਦਾ ਕਿ ਤੁਸੀਂ ਵੀ 5-7-10 ਮਿੰਟਾਂ ਬਾਅਦ ਬੇਹੋਸ਼ ਹੋ ਜਾਓ ਠੀਕ ਹੈ। ਟੈਸਟਾਂ ਦੇ ਕਦੇ ਵੀ ਐਫਰਟਸ ਨਹੀਂ ਕਰਨੇ, ਸਾਈਕੋਲੋਜੀਕਲ ਫਸਟ ਏਡ ਦੇਣੀ ਹੈ, ਮੂਵਮੈਂਟ ਸਟੋਨ ਚੈੱਕ ਕਰਨਾ, ਹਿੰਮਤ ਹੌਸਲਾ ਦੇ ਕੇ ਐਂਟੀਵੈਨਮ ਟ੍ਰੀਟਮੈਂਟ ਵਾਸਤੇ। ਅਤੇ ਮੈਂ ਤੁਹਾਨੂੰ ਸਿਰਫ ਜਸਟ ਬੇਸਿਕ ਗੱਲਾਂ ਦੱਸ ਰਿਹਾ, ਜੋ ਸਾਡੇ ਕੋਲ ਰੈੱਡ ਕ੍ਰੋਸ 8 ਦਿਨ ਦਾ ਟ੍ਰੇਨਿੰਗ ਕੋਰਸ ਕਰੋਗੇ ਉਹਦੇ ਅਸੀਂ ਫਿਰ ਤੁਹਾਨੂੰ ਦੇਖਗੇ ਅਤੇ ਨੋਨ ਪਾਈਜ਼ਨ ਸੱਪਾਂ ਬਾਰੇ ਵੀ ਦੱਸ ਰਿਹਾ ਪ੍ਰੋਪਰ ਠੀਕ ਹੈ, ਉੱਥੇ ਪ੍ਰੈਕਟੀਕਲ ਅਤੇ ਪ੍ਰੈਕਟੀਕਲ ਸੈਸ਼ਨ ਹੁੰਦੇ ਨੇ। ਸੈਕਿੰਡ ਵਨ ਇਜ਼ ਹਾਰਟ ਅਟੈਕ, ਜੇ ਮੰਨ ਲਓ ਕਿਸੇ ਨੂੰ ਸਕੂਲ 'ਚ ਹਾਰਟ ਅਟੈਕ ਆ ਜਾਂਦਾ ਹੈ, ਅੱਛਾ ਕੋਈ ਬੱਚਾ ਮੈਨੂੰ ਦੱਸ ਸਕਦਾ ਕਿ ਦਿਲ ਦੇ ਦੌਰੇ ਦਾ ਪਛਾਣ ਚਿੰਨ੍ਹ ਕੀ ਹੈ, ਕਾਮਨ ਜਾਂ ਸਾਈਨ ਸਿੰਪਟਮਸ ਕੀ ਹੈ, ਜੇ ਘਰ ਦੇ ਵਿੱਚ ਜਾਂ ਪਰਮਾਤਮਾ ਨਾ ਕਰੇ ਕਿਸੇ ਨੂੰ ਕੋਈ ਦਿਲ ਦਾ ਦੌਰਾ ਪੈ ਜਾਂਦਾ ਹੈ ਤਾਂ ਉਹਦੀ ਪਛਾਣ ਕੀ ਹੈ, ਸਾਨੂੰ ਕਿਵੇਂ ਪਤਾ ਲੱਗੂ ਇਸ ਨੂੰ ਦਿਲ ਦਾ ਦੌਰਾ ਪੈ ਗਿਆ। ਚੈਸਟ ਦੇ ਵਿੱਚ ਡਿਸਕੰਫਰਟ ਹੈ ਮਹਿਸੂਸ ਹੋਣਾ ਠੀਕ ਹੈ, ਤਾਂ ਫਸਟ ਆਫ ਆਲ ਚੈਸਟ ਦੇ ਵਿੱਚ ਡਿਸਕੰਫਰਟ ਮਹਿਸੂਸ ਹੋਣਾ ਤੇ ਯੂਨੀਵਰਸਲ ਸਾਈਨ ਕੀ ਹੈ ਬੇਟੇ, ਆਪਣੇ ਹੱਥਾਂ ਨਾਲ ਉਹ ਛਾਤੀ ਨੂੰ ਦਬ ਰਿਹਾ ਹੈ, ਉਹ ਕੰਜੈਸ਼ਨ ਜੀ ਮਹਿਸੂਸ ਹੋ ਰਹੀ ਹੈ, ਦਬਾਅ ਜਿਹਾ ਮਹਿਸੂਸ ਹੋ ਰਿਹਾ, ਭਾਰੀਪਨ ਮਹਿਸੂਸ ਹੋ ਰਿਹਾ। ਦੂਸਰਾ ਸਾਈਨ ਸਿੰਪਟਮ ਹੁੰਦਾ ਹੈ ਪੇਟ ਤੋਂ ਬਾਅਦ ਸਾਹ ਉੱਠਣ, ਔਖੇ ਔਖੇ ਜੀ ਗੈਸਟਿੰਗ ਕਰਦਾ, ਸਾਹ ਨਹੀਂ ਆਉਂਦਾ, ਉਹ ਇੱਕ ਕੰਪਲੇਂਟ ਕਰਦਾ ਕਿ ਜੀ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਫਟਾਫਟ ਹਸਪੀਟਲ ਲੈ ਕੇ ਜਾਓ ਠੀਕ ਹੈ। ਤਾਂ ਪਹਿਲੀ ਗੱਲ ਕੋਈ ਵਿਅਕਤੀ ਘਰ ਦੇ ਪਰਿਵਾਰ ਦੇ ਮੈਂਬਰ ਜੇ ਹੱਥ ਛਾਤੀ ਦੇ ਉੱਤੇ ਹੋਣ, ਉਸ ਨੂੰ ਦਰਦ ਮਹਿਸੂਸ ਹੋ ਰਿਹਾ ਹੋਵੇ, ਸੈਂਟਰ ਆਫ ਦਾ ਚੈਸਟ ਇੰਟੈਂਸ ਪੇਨ ਨਿਕਲ ਰਿਹਾ ਹੋਵੇ, ਦੂਸਰਾ ਉਸ ਨੂੰ ਪੇਨ ਜਾਂ ਪਸੀਨਾ ਆ ਰਿਹਾ ਹੋਵੇ ਤੇ ਤੀਜਾ ਉਸ ਨੂੰ ਸਾਹ ਲੈਣ ਦੀ ਦਿੱਕਤ ਆ ਰਹੀ ਹੋਵੇ, ਤਾਂ ਇਟ ਮੀਨਸ ਕਿ ਸਾਨੂੰ ਇਹ ਸ਼ੱਕ ਕਰਨਾ ਚਾਹੀਦਾ ਕਿ ਇਹ ਦਿਲ ਦਾ ਦੌਰਾ ਜਿਹੜਾ ਪੈ ਚੁੱਕਿਆ। ਤੇ ਬੇਟੇ ਤੁਸੀਂ ਹੈਰਾਨ ਹੋਵੋਗੇ ਜਿਹੜੇ ਅੰਕੜੇ ਹੁੰਦੇ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਭ ਤੋਂ ਵੱਧ ਲੋਕ ਜਿਹੜੇ ਨੇ ਸਟੇਟ ਦੇ ਵਿੱਚ ਦਿਲ ਦੇ ਦੌਰੇ ਪੈ ਰਹੇ, ਕਿਸ ਨੂੰ ਹਾਰਟ ਅਟੈਕ ਆ ਰਹੇ, ਕਾਰਡੀਅਕ ਅਰੈਸਟ ਆ ਰਹੇ, ਤੇ ਅਕਸਰ ਹੀ ਖਬਰਾਂ ਪੜ੍ਹਦੇ ਸੁਣਦੇ ਹੋ ਠੀਕ ਹੈ ਮੀਡੀਆ ਦੇ ਵਿੱਚ ਕਿ ਜੀ ਇੱਕ ਵਿਅਕਤੀ ਨੂੰ ਅਚਾਨਕ ਅਟੈਕ ਨਹੀਂ ਹੋ ਗਿਆ ਠੀਕ ਹੈ। ਸਾਡੇ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਜੀ ਇਸੇ ਤਰ੍ਹਾਂ ਡਾਇਸ ਤੋਂ ਜਿਵੇਂ ਬੋਲਣ ਵਾਸਤੇ ਆਏ, ਉਹਨਾਂ ਨੂੰ ਕਾਰਡੀਅਕ ਅਰੈਸਟ ਆ ਗਿਆ, ਉਹਨੂੰ ਬਾਅਦ ਸ਼ਿਲੌਂਗ ਹਸਪਤਾਲ ਦੇ ਵਿੱਚ ਲੈ ਕੇ ਗਏ, 45 ਮਿੰਟ ਤੱਕ ਜਿਹੜਾ ਉਹ ਸੀ ਪੀ ਆਰ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਹ ਨਹੀਂ ਬਚੀ ਗਈ। ਤਾਂ ਜੇ ਰੈਡਲੀ ਕੋਈ ਬੰਦਾ ਇੰਸਟੈਂਟਲੀ ਮੌਕੇ ਦੇ ਉੱਤੇ ਕੋਈ ਇਹ ਫਸਟ ਏਡ ਲੈਂਦਾ ਹੈ, ਉਹਨੂੰ ਇਹ ਸੀ ਪੀ ਆਰ ਬਾਰੇ ਪਤਾ ਹੋਵੇ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਚਾਈ ਜਾ ਸਕਦੀ ਹੈ। ਤਾਂ ਦਿਲ ਦੇ ਦੌਰੇ ਬੇਟੇ ਦੋ ਤਰ੍ਹਾਂ ਦੇ ਹੁੰਦੇ ਨੇ, ਕੁਆਰੀਜ਼ ਆਪਾਂ ਬਾਅਦ ਵਿੱਚ ਕਰਾਂਗੇ ਠੀਕ ਹੈ। ਫਸਟ ਆਫ ਆਲ ਲਿਖ ਲਓ ਛਾਤੀ 'ਚ ਪੇਨ ਹੋਣਾ, ਆਕਸੀਜਨ ਦਾ ਅਨਵੇਰੇਬਲ ਪੇਨ ਹੋਇਆ, ਇਹ ਸਾਈਨ ਸਿੰਪਟਮ ਨੇ ਹਾਰਟ ਅਟੈਕ ਦੇ, ਇਹ ਬੰਦਾ ਕੌਨਸ਼ੀਅਸ ਵੀ ਹੋ ਸਕਦਾ, ਉਸ ਤੋਂ ਬਾਅਦ ਬੇਹੋਸ਼ੀ ਦੇ ਹਾਲਤ ਦੇ ਵਿੱਚ ਚਲਾ ਜਾਂਦਾ ਹੈ। ਦੂਸਰਾ ਹੁੰਦਾ ਲਿਖ ਲਓ ਕਾਰਡੀਅਕ ਅਰੈਸਟ, ਅਚਾਨਕ ਹੀ ਚੱਲਦੇ ਹੋਏ ਦਿਲ ਦਾ ਰੁਕ ਗਿਆ,
ਉਹਦੇ ਨਾਲ ਕੀ ਹੁੰਦਾ ਕਿ ਇੱਕੋ ਦਮ ਮੇਰੀ ਹਾਰਟ ਬੀਟ ਜਿਹੜੀ ਹੈ ਸਟਾਪ ਹੋ ਗਈ, ਬੰਦਾ ਅਨਕੋਨਸ਼ੀਅਸ ਹੋ ਗਿਆ, ਇਸੇ ਹਲਾਉਂਦੇ ਹੋਏ ਸਾਹ ਵਗੈਰਾ ਪਲਸ ਵਗੈਰਾ ਚੈੱਕ ਕਰਦੇ ਹੋ, ਪਾਈਪ ਸੈਂਟ ਕੀ ਗਿਆ, ਤਾਂ ਉਸਦੇ ਵਿੱਚ ਸਿੱਧਾ ਹੀ ਡਾਇਰੈਕਟ ਅਸੀਂ ਚੈਸਟ ਕੰਪਰੈਸ਼ਨ ਸੀ ਪੀ ਆਰ ਦਾ ਸਟਾਰਟ ਕਰ ਦਿੰਦਾ। ਤੇ ਅੱਜ ਬੜੀ ਹੀ ਇੱਕ ਲਾਈਫ ਸੇਵਿੰਗ ਟੈਕਨੀਕ ਲਈ ਮੈਂ ਤੁਹਾਨੂੰ ਅੱਜ ਡੈਮੋਸਟ੍ਰੇਸ਼ਨ ਜਿਹੜੀ ਸਮਝਾਉਣ ਜਾ ਰਿਹਾ, ਇਸ ਨੂੰ ਸਾਰੇ ਬੱਚੇ ਜਿਹੜੇ ਪਿੱਛੇ ਬੱਚੇ ਬੈਠੇ ਹੁੰਦੇ ਉਹ ਵੀ ਅੱਗੇ ਆ ਕੇ ਸਰਚ ਦਾ ਕਰਾ ਲੈਣਗੇ, ਤਾਂ ਕਿ ਸਭ ਨੂੰ ਇਹ ਵਿਜੀਬਲ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਹੈਂਡ ਆਨ ਪ੍ਰੈਕਟਿਸ ਵੀ ਕਰਵਾਉਣੀ ਹੈ। ਇਲੈਕਟ੍ਰਿਕ ਸ਼ੋਕ ਲੱਗ ਜਾਂਦਾ, ਪਾਵਰ ਸਪਲਾਈ ਨੂੰ ਬੰਦ ਕਰੋ, ਆਪਣੀ ਸੇਫਟੀ ਦਾ ਧਿਆਨ ਰੱਖੋ, ਉਸ ਤੋਂ ਬਾਅਦ ਉਸ ਵਿਅਕਤੀ ਦਾ ਸਾਹ ਦਿੱਲੀ ਤੱਕ ਚੈੱਕ ਕਰੋ, ਨਹੀਂ ਹੈਗਾ ਤੇ ਫਟਾਫਟ ਚੈਸਟ ਕੰਪਰੈਸ਼ਨ ਦੇਣਾ ਸਟਾਰਟ ਕਰ ਦਿਓ। ਬੜਾ ਔਖਾ ਟਿਪੀਕਲ ਕੰਮ ਨਹੀਂ ਹੈਗਾ, ਜੇ ਕੋਈ ਵਿਅਕਤੀ ਨੇ ਇੱਕ ਬੱਚੇ ਦਾ ਦੋਹਾਂ ਫੇਫੜਿਆਂ ਦੇ ਵਿਚਕਾਰ ਛਾਤੀ ਦੇ ਹੱਡੀ ਦੇ ਨੀਚੇ ਵੱਧ ਮੁਖੀ ਦੇ ਸਾਈਡ ਦਾ ਮਸਕੁਲਰ ਆਰਗਨ ਹੈ, ਤੇ ਇਸਦਾ ਕੰਮ ਕੀ ਹੈ, ਇਸਦਾ ਕੰਮ ਹੈ ਦਿਲ ਨੂੰ, ਦਿਲ ਦਾ ਕੰਮ ਹੈ ਪੰਪ ਦੀ ਤਰ੍ਹਾਂ ਕੰਮ ਕਰਦਾ, ਬਲੱਡ ਨੂੰ ਪੰਪ ਕਰਦਾ ਸਾਰੀ ਬੋਡੀ ਦੇ ਵਿੱਚ। ਠੀਕ ਹੈ, ਤੇ ਕਿੰਨੇ ਲੀਟਰ ਬੋਡੀ ਚ ਸਾਡਾ ਬਲੱਡ ਹੈ, ਵੋਲਿਊਮ ਦੱਸ ਸਕਦਾ ਕੋਈ ਬੱਚਾ ਕਿ ਸਾਡੇ ਸਰੀਰ ਚ ਲਹੂ ਕਿੰਨਾ ਹੁੰਦਾ ਹੈ ਇੱਕ ਵਿਅਕਤੀ ਦੇ ਵਿੱਚ, ਲਹੂ ਦੀ ਮਾਤਰਾ ਕਿੰਨੀ ਹੁੰਦੀ ਹੈ, 5-6 ਲੀਟਰ। ਸਵੇਰੇ ਕੰਮ ਕਰਦੇ ਹੋ 7-8 ਘੰਟੇ, ਉਸ ਤੋਂ ਬਾਅਦ ਤੁਹਾਨੂੰ ਰਾਤ ਨੂੰ ਸੌਣਾ ਪੈਂਦਾ, ਸਵੇਰੇ ਫਰੈਸ਼ ਹੋ ਕੇ ਉੱਠਦੇ ਹੋ ਕਿਉਂਕਿ ਸਰੀਰ ਤੌਰ ਤੇ ਥੱਕ ਚੁੱਕੇ ਹੁੰਦੇ, ਲੇਕਿਨ ਤੁਹਾਡੀ ਬੋਡੀ ਦੇ ਵਿੱਚ ਇਸ ਤਰ੍ਹਾਂ ਦਾ ਵਾਈਟਲ ਆਰਗਨ ਹੈ ਜਿਹੜਾ ਜ਼ਰੂਰ ਜਿਉਂਦਾ ਰੱਖਦਾ ਹੈ, ਤੇ ਕਦੇ ਵੀ ਅੱਕਦਾ ਨਹੀਂ ਤੇ ਕਦੇ ਵੀ ਥੱਕਦਾ ਨਹੀਂ। ਜੇ 1 ਸੈਕਿੰਡ ਲਈ ਵੀ ਰੁਕ ਗਿਆ ਰੈਸਟ ਕਰਨ ਵਾਸਤੇ, ਫਿਰ ਸਮਝ ਲਓ ਕਿ ਜ਼ਿੰਦਗੀ ਰੁਕ ਗਈ। ਇਹ ਕਿੰਨੇ ਵਾਰ ਰਿਪੀਟ ਕਰਦਾ ਹੈ ਪਰ ਮਿੰਟ? ਲੋ, 1 ਮਿੰਟ ਦੇ ਵਿੱਚ 60-100 ਦੇ ਵਿੱਚ ਜਿਹੜਾ ਧੜਕਣ ਹੁੰਦੀ ਹੈ, 72 ਵਾਰ ਨਹੀਂ, ਐਗਜੈਕਟ ਫਿਗਰ ਨਹੀਂ, 60-100 ਦੀ ਰੇਂਜ ਦੇ ਧੜਕਦਾ ਹੈ। ਮੈਂ ਮੋਸ਼ਨ ਦੇ ਵਿੱਚ ਇਲੈਕਟ੍ਰਿਕ ਡਰਾਈਵ ਕਰ ਰਿਹਾ, ਮੇਰੀ ਹਾਰਟ ਬੀਟ ਹੋ ਸਕਦਾ 90-95 ਹੋਵੇ। ਠੀਕ ਹੈ, ਤੇ ਤੁਸੀਂ ਰਿਲੈਕਸ ਮੂਡ ਵਿੱਚ ਬੈਠੋ, ਤੁਹਾਡੀ 7 ਵਾਰ ਟ੍ਰੇਨ ਚੌਂਟ ਪੈਣ, ਤਾਂ ਕਿਸੇ ਵੀ ਵਿਅਕਤੀ ਦਾ ਦਿਲ 1 ਮਿੰਟ ਦੇ ਵਿੱਚ 60-100 ਦੇ ਵਿਚਕਾਰ ਧੜਕਦਾ ਹੈ। ਤੇ ਤੁਸੀਂ ਸਾਹ ਕਿੰਨੇ ਵਾਰ ਲੈਂਦੇ ਹੋ ਵਿੱਚ? ਐਨੀ ਆਈਡੀਆ ਤੁਸੀਂ ਇੱਕ ਵਾਰ 1 ਮਿੰਟ ਵਿੱਚ ਸਾਹ ਕਿੰਨੇ ਵਾਰ ਲੈਂਦੇ? ਬੋਲੋ ਬੇਟੇ, 75 ਤਾਂ ਬਹੁਤ ਫਾਸਟ ਹੋ ਗਿਆ ਸਾਹ ਦੀ ਦਰ, ਸਿਰਫ 15-18 ਵਾਰ, ਮੈਕਸੀਮਮ 20 ਵਾਰ। ਦੇਖ ਲਓ 15-20 ਵਾਰ ਤੱਕ ਅਸੀਂ 1 ਮਿੰਟ ਵਿੱਚ ਸਾਹ ਲੈਂਦੇ ਹਾਂ, ਹਾਰਟ ਬੀਟ ਸਾਡੀ 60-100। ਜਿੰਨਾ ਚਿਰ ਦੇ ਵਿੱਚ ਅਸੀਂ ਸਾਹ ਦਾ ਸਰਕਲ ਕੰਪਲੀਟ ਕਰਦੇ ਹਾਂ, ਉਹਨਾਂ ਚਿਰ 4 ਗੁਣਾ ਤੇਜ਼ੀ ਨਾਲ ਫਾਸਟ ਸਾਡਾ ਦਿਲ ਜਿਹੜਾ ਭਰ ਚੁੱਕਿਆ ਹੁੰਦਾ ਹੈ। ਤੇ ਬੋਡੀ ਦੇ ਵਿੱਚ ਇਹ ਦੋਵੇਂ ਵਾਈਟਲ ਪ੍ਰੋਸੈਸ ਚੱਲਣੇ ਬਹੁਤ ਜ਼ਰੂਰੀ ਨੇ, ਕਿਸੇ ਵਿਅਕਤੀ ਦਾ ਸਾਹ ਦਾ ਚੱਲਣਾ ਤੇ ਦੂਜਾ ਪਲਸ ਦਾ ਹੋਣਾ, ਹਾਰਟ ਬੀਟ ਦਾ ਹੋਣਾ। ਠੀਕ ਹੈ, ਤੇ ਜੇ ਰੁਕ ਗਈ ਤਾਂ ਸਮਝ ਲਓ ਕਿ ਜ਼ਿੰਦਗੀ ਫਸੇ ਪੈ। ਤਾਂ ਕਿੱਥੇ ਹੈ? ਦੋਹਾਂ ਫੇਫੜਿਆਂ ਦੇ ਵਿਚਕਾਰ ਛਾਤੀ ਦੇ ਹੱਡੀ ਦੇ ਹੇਠਾਂ ਸੈਂਟਰ ਆਫ ਦਾ ਚੈਸਟ ਹੈ, ਲੇਕਿਨ ਨੀਚੇ ਨੂੰ ਥੋੜਾ ਡਿਕਲਾਈਨ ਕਿਹੜੇ ਪਾਸੇ ਵੱਲ ਨੂੰ ਇਹ ਲੈਫਟ ਸਾਈਡ ਨੂੰ ਝੁਕਿਆ ਹੈ, ਲੇਕਿਨ ਇਹ ਨਹੀਂ ਕਹਿੰਦਾ ਕਿ ਦਿਲ ਖੱਬੇ ਪਾਸੇ ਵੱਲ ਹੁੰਦਾ ਹੈ, ਕਿਉਂਕਿ ਆਪਾਂ ਹੁਣ ਸੀਪੀਆਰ ਦੀ ਕੇਅਰਿੰਗ ਲੈ ਰਿਹਾ, ਤਾਂ ਸਾਨੂੰ ਪ੍ਰੋਪਰ ਲੋਕੇਸ਼ਨ ਦਾ ਪਤਾ ਹੋਣਾ ਚਾਹੀਦਾ, ਐਕਚੁਅਲ ਹੈ ਕਿੱਥੇ। ਜੇ ਖੱਬਾ ਪਾਸਾ ਸਮਝ ਕੇ ਆਪਾਂ ਡਾਕਟਰ ਤਾਂ ਬੇਟੇ ਰਿਬਸ ਫ੍ਰੈਕਚਰ ਹੋ ਜਾਣਗੇ, ਉਹ ਇਹੀ ਤਾਂ ਲੱਗ ਸੀ ਇਹ ਫਿਰਦੇ ਸੀ ਹੁਣ ਵੀ ਉੱਠ ਗਿਆ ਉਹ, ਤੇ ਫਿਰ ਸਾਡੀ ਦਿੱਤੀ ਹੋਈ ਫਸਟ ਹੋ ਸਕਦਾ ਹੈ ਬਾਸ ਤੇਰੀ ਹੋਵੇ। ਠੀਕ ਹੈ, ਇਸ ਤਰ੍ਹਾਂ ਦੀ ਆਪਾਂ ਗਲਤੀ ਕੀਤਾ। ਤੇ ਹੁਣ ਮੈਂ ਤੁਹਾਨੂੰ ਡੈਮੋਸਟ੍ਰੇਸ਼ਨ ਆਹੀ ਸਮਝਾਉਣ ਲੱਗਿਆ, ਉਸ ਲਈ ਤੁਸੀਂ ਇੱਕ ਫਾਰਮੂਲਾ ਨੋਟ ਕਰ ਲਓ, DRABC ਡਾਕਟਰ ABC
ਕਿਸੇ ਵੀ ਹਾਦਸੇ ਦੌਰਾਨ ਕਿਸੇ ਵਿਅਕਤੀ ਕੋਲ ਤੁਸੀਂ ਪਹੁੰਚ ਕਰਦੇ ਹੋ ਤਾਂ ਡਾਕਟਰ ਦੇ ABC ਮੁਤਾਬਕ ਤੁਸੀਂ ਕੰਮ ਕਰ। ਇਹ ਪੰਜ ਗੱਲਾਂ ਹਮੇਸ਼ਾ ਯਾਦ ਰੱਖੋ। ਇਹਦੇ ਵਿੱਚ SBI ਅਕਾਊਂਟ ਕਰ ਲਓ। ਡੀ ਸਟੈਂਡ ਫਾਰ ਡੇਂਜਰ। ਸਭ ਤੋਂ ਪਹਿਲਾਂ ਜਿਸੇ ਤੁਸੀਂ ਦੇਖਿਆ ਕਿ ਹਾਦਸਾ ਹੋਇਆ ਕਿਸੇ ਵੀ ਜਗ੍ਹਾ ਦੇ ਉੱਤੇ, ਸਭ ਤੋਂ ਪਹਿਲਾਂ ਆਪਣੀ ਸੇਫਟੀ ਦਾ ਧਿਆਨ ਰੱਖਣਾ, ਠੀਕ ਹੈ। ਕਦੇ ਵੀ ਇਸ ਤਰ੍ਹਾਂ ਦੇ ਹੀਰੋਇਕ ਐਕਸ਼ਨ ਨਹੀਂ ਕਰਨੇ ਕਿ ਤੁਹਾਡੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਪੈ ਜਾਵੇ, ਠੀਕ ਹੈ। ਬੜੇ ਹੋਸ਼ੋ ਹਵਾਸ ਨਾਲ ਸ਼ਾਂਤ ਰਹਿ ਕੇ ਤੁਸੀਂ ਉਸ ਜਗ੍ਹਾ ਤੱਕ ਅਪਰੋਚ ਕਰਨਾ, ਲੇਕਿਨ ਜਿੱਥੇ ਤੁਸੀਂ ਅਪਰੋਚ ਕਰ ਰਹੇ ਹੋ ਉਸ ਜਗ੍ਹਾ ਦੇ ਉੱਤੇ ਦੇਖਣਾ ਵੀ ਕੋਈ ਮੇਰੇ ਲਈ, ਹੋਰਨਾਂ ਲਈ ਤੇ ਕੈਜੂਅਲਿਟੀ ਲਈ ਕੋਈ ਕਿਸੇ ਕਿਸਮ ਦਾ ਕੋਈ ਖਤਰਾ ਤਾਂ ਨਹੀਂ। ਸੋ ਡੀ ਸਟੈਂਡ ਫਾਰ ਡੇਂਜਰ, ਏਰੀਆ ਸੇਫ ਹੋਣਾ ਚਾਹੀਦਾ। ਐਂਡ ਨੈਕਸਟ ਵਨ ਇਜ਼ ਡਾਕਟਰ ਦੇ ਵਿੱਚ ਆਰ, ਆਰ ਸਟੈਂਡ ਫਾਰ ਰਿਸਪੌਂਸ। ਰਿਸਪੌਂਸ ਮਤਲਬ ਉਹ ਜਿਹੜਾ ਵਿਅਕਤੀ ਬੇਹੋਸ਼ੀ ਦੇ ਹਾਲ ਵਿੱਚ ਪਿਆ, ਹੋ ਸਕਦਾ ਮੇਬੀ ਇਸਦੀ ਡੈਥ ਹੋ ਚੁੱਕੀ ਹੋਵੇ, ਹੋ ਸਕਦਾ ਕਿ ਅਨਕੌਂਸ਼ੀਅਸ ਹੋਵੇ, ਹੋ ਸਕਦਾ ਕਿ ਕੌਂਸ਼ੀਅਸ ਹੋਵੇ, ਠੀਕ ਹੈ। ਤਾਂ ਤੁਸੀਂ ਉਹਦੇ ਜਾ ਕੇ ਕੀ ਦੇਖਣਾ ਕਿ ਵਿਅਕਤੀ ਅਲਾਈਵ ਹੈ, ਜਿਉਂਦਾ ਹੈ ਕਿ ਜਾਂ ਇਸਦੀ ਡੈਥ ਹੋ ਚੁੱਕੀ ਹੈ। ਤਾਂ ਇਸ ਕਰਕੇ ਆਪਾਂ ਉਸਦਾ ਫਿਰ ਹੋਰ ਕੀ ਕਰਾਂਗੇ, ਰਿਸਪੌਂਸ ਚੈੱਕ ਕਰਾਂਗੇ, ਠੀਕ ਹੈ। ਤਾਂ ਹੁਣ ਮੈਂ ਤੁਹਾਨੂੰ ਸੀਕੁਐਂਸ ਵਾਈਜ਼ ਜਿਹੜਾ ਸਮਝਾਉਂਦਾ ਹੈਗਾ, ਰਿਸਪੌਂਸ ਕਿਵੇਂ ਚੈੱਕ ਕਰਨਾ ਹੈ, ਏਅਰਵੇਜ਼ ਕਿਵੇਂ ਚੈੱਕ ਕਰਨੇ ਨੇ ਅਤੇ CPR ਚੈਸਟ ਕੰਪਰੈਸ਼ਨ ਜਿਹੜੇ ਨੇ ਉਹ ਕਿਸ ਤਰ੍ਹਾਂ ਦੇਣੇ। ਤਾਂ ਸਾਰੇ ਬੱਚੇ ਜਿਹੜੇ ਪਿਛਲੇ ਜਿਹੜੇ ਬੱਚੇ ਨੇ ਅੱਗੇ ਇਹਦੇ ਪਾਸੇ ਆ ਜਾਣਗੇ, ਸਭ ਤੋਂ ਬਣਾ ਲੈਣਗੇ, ਤਾਂ ਕਿ ਡਾਕਟਰ ABC ਮੁਤਾਬਕ ਜਿਹੜਾ ਮੈਂ ਤੁਹਾਨੂੰ CPR ਦੀ ਉਹ ਟ੍ਰੇਨਿੰਗ ਪ੍ਰੋਪਰ ਦੇ ਸਕਾਂ, ਠੀਕ ਹੈ। ਆ ਜਾਓ ਜੀ, ਸ਼ਾਬਾਸ਼। ਹੈਲੋ ਹੈਲੋ, ਹਾਂਜੀ ਹਾਂਜੀ, ਕਾਹਦੀ ਨਹੀਂ, ਬੈਠ ਜਾਣ ਦੇ ਜੀ, ਮੂਹਰੇ ਬੈਠ ਜਾਓ, ਬੈਠ ਜਾਓ ਮੂਹਰੇ, ਇੱਥੇ ਖੜੇ ਨਾ ਬਸ, ਮੰਤਰੀ ਮੰਤਰੀ। ਅੱਛਾ, ਗੁਰਦੁਆਰੇ ਦੀ ਪਾਈ ਹੈ, ਗੁਰਦੁਆਰੇ ਦੀ ਪਾਈ ਨਹੀਂ, ਉਹਨੇ ਕਿਤੋਂ ਹੋਰ ਦੀ ਪਾਈ, ਮੈਂ ਕਿਤੋਂ ਹੋਰ ਦੀ ਪਾਈ ਹੈ। ਜੇ ਤਾਂ ਜੇ ਤੁਹਾਨੂੰ ਗੁਰਦੁਆਰੇ ਦੀ ਪਾਈ ਹੈ ਤਾਂ ਮੇਰੀ ਖਬਰ ਗਲਤ ਹੈ। ਲੇਕਿਨ ਇੰਨੀ ਤੇਜ਼ ਰਫਤਾਰ ਹੈ ਤਾਂ ਹਮੇਸ਼ਾ ਬੇਟੇ ਤੇਜ਼ ਰਫਤਾਰੀ ਤੋਂ ਬਚਣਾ ਹੈ ਨਾ। ਤਿੰਨ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖਿਓ, ਕਿਉਂਕਿ ਮੈਂ ਤੁਹਾਨੂੰ ਬੜਾ ਥੋੜ੍ਹਾ ਸਪੀਡ ਅਪ ਕਰ ਰਿਹਾ, ਕਿਉਂਕਿ ਮੈਨੂੰ ਜਿੰਨਾ ਸਮਾਂ ਦਿੱਤਾ ਉਸ ਹਿਸਾਬ ਨਾਲ ਮੈਂ ਉਹਨੂੰ ਕਵਰ ਅਪ ਕਰ ਰਿਹਾ। ਹਰੇ ਵਰੀ ਐਡ ਕਰੀ ਤੋਂ ਬਚਣਾ, ਠੀਕ ਹੈ। ਤਿੰਨ ਗੱਲਾਂ ਤੋਂ ਹਮੇਸ਼ਾ ਬਚਣਾ, ਹਰੇ ਵਰੀ ਐਡ ਕਰੀ, ਹਰੀ ਮੀਨਸ ਜਲਦਬਾਜ਼ੀ ਤੋਂ ਬਚਣਾ, ਕਾਹਲ ਤੋਂ। ਕਿਸੇ ਵੀ ਫੀਲਡ ਵਿੱਚ ਕਾਹਲ ਨਹੀਂ ਕਰਨੀ, ਜਲਦਬਾਜ਼ੀ ਨਹੀਂ ਕਰਨੀ। ਜਿੰਨੇ ਬੇਟੇ ਰੋਡ ਐਕਸੀਡੈਂਟਸ ਹੋ ਰਹੇ ਨੇ ਸਾਰੇ ਓਵਰ ਸਪੀਡਿੰਗ ਕਰਕੇ ਹੀ ਹੋ ਰਹੇ ਨੇ। 70% ਕਾਰਨ ਹੈ ਰੋਡ ਐਕਸੀਡੈਂਟਸ ਦਾ ਓਵਰ ਸਪੀਡਿੰਗ। ਉਹਨਾਂ ਨੂੰ ਬੇਟੇ ਸੇਫ ਡਿਸਟੈਂਸ ਦਾ ਨਹੀਂ ਪਤਾ ਸੀਗਾ, ਜਿਹੜੀ ਮੂਹਰੇ ਗੱਡੀ ਜਾ ਰਹੀ ਹੈ ਮੈਂ ਆਪਦੀ ਗੱਡੀ ਨੂੰ ਕਾਰ ਨੂੰ ਕਿੰਨੇ ਪਿੱਛੇ ਰੱਖਣਾ ਹੈਗਾ। ਬਿਲਕੁਲ ਨਾਲ ਨਾਲ ਗੱਡੀ 'ਚ ਲੈ ਕੇ ਜਾ ਰਿਹਾ ਅਤੇ ਜੇ ਮੂਹਰੇ ਦੇ ਬੇਟੇ ਅਚਾਨਕ ਬ੍ਰੇਕ ਮਾਰਤੀ, ਉਹ ਗੱਡੀ ਸਪੀਡ 'ਤੇ ਸੀਗੀ ਅਤੇ ਉਹਦੇ ਨਾਲ ਜਾ ਕੇ ਵੱਜੀ। ਉਸ ਤੋਂ ਮਗਰੋਂ ਪਿਛਲੇ ਵਾਲੇ ਨੂੰ ਨਹੀਂ ਪਤਾ ਸੀਗਾ, ਉਹ ਵੀ ਅਨਸੇਫ ਡਿਸਟੈਂਸ ਦੇ ਉੱਤੇ ਸੀਗਾ, ਉਹ ਵੀ ਵਿੱਚ ਆ ਕੇ 5 ਐਕਸੀਡੈਂਟ ਹੋ ਗਏ, ਠੀਕ ਹੈ। ਤਾਂ ਤੇਜ਼ ਰਫਤਾਰੀ ਤੋਂ ਬਚੋ, ਜ਼ਿੰਦਗੀ ਜੋ ਵੀ ਡਿਸੀਜ਼ਨ ਲੈਣਾ ਸ਼ਾਂਤੀ ਨਾਲ, ਠਰਮੇ ਨਾਲ ਲੈਣਾ, ਠੀਕ ਹੈ। ਕੋਈ ਕਿਸੇ ਕਿਸਮ ਦੀ ਕਾਰ ਨਹੀਂ ਕਰਨੀ, ਠੀਕ ਹੈ। ਦੂਸਰਾ ਹੈਗਾ ਵਰੀ, ਚਿੰਤਾ ਤੋਂ ਬਚੋ, ਹਮੇਸ਼ਾ ਖੁਸ਼ ਰਹੋ। ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਨੇ, ਹਰ ਰੋਜ਼ ਅਖਬਾਰਾਂ ਵਿੱਚ ਆਉਂਦਾ, ਨਿਊਜ਼ ਪੇਪਰ ਦੇ ਵਿੱਚ ਆਉਂਦਾ ਹੈ ਕਿ ਆਪਣਾ ਮਾਨਸਿਕ ਦਬਾਅ ਘਟਾਓ, ਮਾਨਸਿਕ ਜਿਹੜਾ ਡਿਪਰੈਸ਼ਨ ਜਿਹੜਾ ਹੈ ਇਸ ਨੂੰ ਘਟਾਓ, ਠੀਕ ਹੈ। ਹੁਣ ਤੁਹਾਡੀ ਫਿਜ਼ੀਕਲ ਹੈਲਥ ਠੀਕ ਹੈ, ਲੇਕਿਨ ਹੋ ਸਕਦਾ ਮੈਂਟਲ ਹੈਲਥ ਡਿਸਟਰਬ ਹੋਵੇ, ਠੀਕ ਹੈ। ਮੈਂਟਲ ਹੈਲਥ ਬਹੁਤ ਸਾਰੇ ਲੋਕ ਜਿਹੜੇ ਨੇ
ਇਹੀ ਸੋਚੀ ਪਏ ਹੋਏ ਨੇ ਆਪਣੇ ਕਰੀਅਰ ਨੂੰ ਲੈ ਕੇ ਪਏ ਹੋਏ ਨੇ, ਕੰਮ ਨੂੰ, ਇੰਪਲਾਇਮੈਂਟ ਨੂੰ ਜਾਂ ਕੋਈ ਪੜ੍ਹਾਈ ਨੂੰ ਲੈ ਕੇ ਬਹੁਤਾ ਜ਼ਿਆਦਾ ਪ੍ਰੈਸ਼ਰ ਨਹੀਂ ਰੱਖਣਾ। ਹੱਸ ਖੇਡ ਕੇ ਆਪਣੇ ਫਰੈਂਡ ਸਰਕਲ ਦੇ ਵਿੱਚ ਦੋਸਤਾਂ ਨਾਲ ਹੱਸ ਖੇਡ ਕੇ ਜ਼ਿੰਦਗੀ ਬਤੀਤ ਕਰੋ, ਪੜ੍ਹਾਈ ਦੇ ਟਾਈਮ 'ਚ ਪੜ੍ਹਾਈ ਕਰੋ, ਫੋਕਸ ਉਧਰਲੇ ਪਾਸੇ ਕਰੋ ਅਤੇ ਵਾਰੀ ਤੋਂ ਚਿੰਤਾ ਤੋਂ ਬਚਣਾ ਬੇਟੇ ਤੁਹਾਡੇ ਆਪਣੇ ਹੱਥ ਦੇ ਵਿੱਚ ਹੀ ਹੈ, ਠੀਕ ਹੈ। ਐਂਡ ਥਰਡ ਵਨ ਇਜ਼ ਕਰੀ, ਕਰੀ ਮੀਨਸ ਓਵਰ ਈਟਿੰਗ, ਮੂੰਹ ਦਾ ਸਵਾਦ ਵੀ ਬੰਦੇ ਨੂੰ ਮੁਸੀਬਤ ਵਿੱਚ ਪਾਉਂਦਾ ਹੈ, ਉਹਦੇ ਨਾਲ ਕੀ ਹੋਊਗਾ ਜ਼ਿਆਦਾ ਕਰੈਵਿੰਗ ਨਾਲ ਜਿਹੜਾ ਤੁਹਾਡੇ ਜ਼ਿਆਦਾ ਖਾਧੇ ਜਾਊਗਾ ਅਤੇ ਉਸ ਤੋਂ ਬਾਅਦ ਫਿਰ ਮੋਟਾਪਾ, ਮੋਟਾਪੇ ਤੋਂ ਬਾਅਦ ਫਿਰ ਕਿਸੇ ਵੀ ਟਾਈਮ 'ਤੇ ਹਾਰਟ ਅਟੈਕ ਆ ਸਕਦਾ ਕਿਉਂਕਿ ਕੋਲੈਸਟ੍ਰੋਲ ਵਧੂਗਾ, ਹੈ ਨਾ। ਮੋਟਾਪੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹੁੰਦੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਹੈ ਹਾਰਟ ਅਟੈਕ ਆਉਂਦਾ ਕਿਸੇ ਬੰਦੇ ਨੂੰ, ਤਾਂ ਜਿੰਨਾ ਕੁ ਜਿਉਂਦੇ ਰਹਿਣ ਲਈ ਸਾਨੂੰ ਲੋੜ ਹੈ ਉਨਾ ਖਾਈਏ ਅਸੀਂ, ਬੇਲੋੜਾ ਨਾ ਖਾਈਏ। ਉਹ ਜਦੋਂ ਆਪਾਂ ਕਿਸੇ ਮੈਰਿਜ ਪੈਲਸ ਵਿੱਚ ਜਾਂਦੇ ਹਾਂ ਵਿਆਹ ਸ਼ਾਦੀ ਦੇ ਵਿੱਚ, ਉੱਥੇ ਸਾਡਾ ਅੰਦਰ ਜਾਣ ਸਾਰ ਕੰਮ ਕੀ ਹੁੰਦਾ, ਖਾਈਏ ਨਾ ਆਪਾਂ ਤੁੰਨ ਤੁੰਨ ਵੀ ਖਾਂਦੇ ਹੈਗੇ। ਬੇਸ਼ੱਕ ਬੇਟੇ ਆਪਾਂ ਖੁਸ਼ੀ ਦਾ ਮਾਹੌਲ ਹੈ, ਕੋਈ ਸਾਨੂੰ ਮਨਾ ਨਹੀਂ ਕਰਦਾ, ਲੇਕਿਨ ਆਪਾਂ ਉਹਨਾਂ ਕੁ ਖਾਈਏ, ਲਿਮਿਟ ਵਿੱਚ ਰਹਿ ਕੇ ਖਾਈਏ, ਜਿਵੇਂ ਕਿਤੇ ਨਾ ਹੋਵੇ ਕਿਸੇ ਅਸੀਂ ਓਵਰ ਈਟਿੰਗ ਕਰ ਬੈਠੀਏ, ਹੈ ਨਾ। ਅਤੇ ਸਾਨੂੰ ਮਾੜਾ ਹਾਲ ਕਿੱਥੇ ਹੁੰਦਾ ਜਿੱਥੇ ਆਈਸਕ੍ਰੀਮ ਅਤੇ ਰਸਗੁੱਲੇ ਪਏ ਹੋਣ, ਮਿੱਠਾ ਪਿਆ ਹੋਵੇ, ਉੱਥੇ ਤਾਂ ਫਿਰ ਦੁੱਖ ਹੋਵੇ, ਅਨੁਸ਼ਾਸਨ ਦੇ ਵਿੱਚ ਕੋਈ ਨਹੀਂ ਰਹਿੰਦਾ, ਉੱਥੇ ਤਾਂ ਬਸ ਉਹ ਐਂ ਹੁੰਦਾ ਵੀ ਬਸ ਖਾ ਲਈਏ ਆਪਣਾ, ਜੇ ਸ਼ੂਗਰ ਆਪਣੀ ਉਹ ਵੀ ਖਾ ਲੈਣ ਤੁਸੀਂ। ਇਸ ਕਰਕੇ ਆਪਣੀ ਫਿਟਨੈਸ ਵਾਲੇ ਪਾਸੇ ਧਿਆਨ ਦਿਓ, ਠੀਕ ਹੈ। ਜੇ ਵਧੀਆ ਲੰਬੀ ਜ਼ਿੰਦਗੀ ਜਾਣਾ, ਤੰਦਰੁਸਤ ਜ਼ਿੰਦਗੀ ਜਾਣਾ ਚਾਹੁੰਦੇ ਹੋ, ਤਾਂ ਇਹ ਬਸ ਬੇਲੋੜੀ ਦੀ ਈਟਿੰਗ ਜਿਹੜੀ ਘਟਾ ਦਿਓ, ਤਾਂ ਬਾਹਰ ਹੁਣ ਕੋਈ ਲਾ ਦਿਓ ਬ੍ਰੈਡ ਪਕੌੜਿਆਂ ਦਾ, ਲਾ ਦਿਓ ਕੋਈ ਸਟਾਲ ਜਾਂ ਕੁਛ ਵੀ ਲਾ ਦਿਓ ਫ੍ਰੀ, ਅਤੇ ਫਿਰ ਦੇਖੋ ਕਿਵੇਂ ਲੋਕ ਆਉਂਦੇ ਨੇ, ਹੈ ਨਾ, ਖਾਣ ਵਾਸਤੇ। ਲੇਕਿਨ ਆਪਣੀ ਲੋੜ ਮੁਤਾਬਕ ਲੰਬੀ ਜ਼ਿੰਦਗੀ ਜਾਣੀ ਹੈ, ਤਿੰਨ ਚੀਜ਼ਾਂ ਤੋਂ ਬਚੀ, ਤਾਂ ਫਿਰ ਆਪਾਂ ਹੁਣ ਇੱਥੇ ਰਿਸਪੋਂਸ ਚੈੱਕ ਕਰਨਾ, ਇਹਨਾਂ ਤਿੰਨ ਚੀਜ਼ਾਂ ਤੋਂ ਹਮੇਸ਼ਾ ਬਚਣਾ, ਹਰੀ ਵਰੀ ਐਂਡ ਕਰੀ। ਹੁਣ ਆਪਾਂ ਰਿਸਪੋਂਸ ਚੈੱਕ ਕਰਨਾ ਤਾਂ ਮੁੰਡੇ ਕੋਲ ਦੱਬ ਕੇ ਟੈਪ ਕਰਕੇ ਪੁੱਛਣਾ, ਹਾਂਜੀ ਬਾਈ ਜੀ ਠੀਕ ਠਾਕ ਹੋ, ਕੀ ਨਾਮ ਹੈ ਤੁਹਾਡਾ। ਇੰਨੇ ਕੁ ਨਾਲ ਵਾਇਸ ਨਾਲ ਤੁਹਾਡੇ ਰਿਸਪੋਂਡ ਕਰਦਾ, ਜੇ ਹੁੰਗਾਰਾ ਭਰਦਾ ਤਾਂ ਇਟ ਮੀਨਸ ਕਿ ਇਹ ਬੰਦਾ ਜਾਉਂਦਾ, ਇਹਦਾ ਸਾਹ ਵੀ ਚੱਲ ਰਿਹਾ, ਹਾਰਟਬੀਟ ਵੀ, ਅਤੇ ਮੇਰੀ ਵੋਇਸ ਤੋਂ ਇਹ ਰਿਸਪੋਂਡ ਵੀ ਕਰ ਰਿਹਾ, ਉਸ ਉਹਦਾ ਹੱਥ ਬੇਹੋਸ਼ੀ ਦੇ ਵਿੱਚ ਹੋਵੇ, ਤਾਂ ਰਿਸਪੋਂਸ ਤੁਸੀਂ ਚੈੱਕ ਕਰ ਲਿਆ। ਜੇ ਰਿਸਪੋਂਡ ਨਹੀਂ ਕਰਦਾ, ਹਾਂਜੀ ਬਾਈ ਜੀ ਠੀਕ ਠਾਕ ਹੋ, ਕੀ ਨਾਮ ਹੈ ਤੁਹਾਡਾ, ਕਿਹੜਾ ਪਿੰਡ ਹੈ, ਠੀਕ ਹੈ, ਉਹ ਨਹੀਂ ਆਵਾਜ਼ ਦੇ ਰਿਹਾ, ਤਾਂ ਫਿਰ ਹੁਣ ਤੁਸੀਂ ਇੱਥੇ ਕੀ ਕਰਨਾ, ਐਸ ਐਡ ਆਨ ਕਰ ਲਓ, ਸੈਂਡ ਫਾਰ ਹੈਲਪ, ਐਂਬੂਲੈਂਸ ਗੱਡੀ ਨੂੰ ਐਮਰਜੈਂਸੀ ਲਈ ਕਾਲ ਕਰਨੀ ਹੈ ਕਿਉਂਕਿ ਬੰਦਾ ਰਿਸਪੋਂਡ ਨਹੀਂ ਕਰ ਰਿਹਾ, ਠੀਕ ਹੈ। ਉਹ ਤੁਸੀਂ ਇੱਥੇ ਹੀ ਕਿਸੇ ਨੂੰ ਇਹ ਕਹਿਣਾ ਕਿ ਜੀ 112 ਜਾਂ 108 ਨੰਬਰ ਉੱਤੇ ਐਂਬੂਲੈਂਸ ਗੱਡੀ ਨੂੰ ਕਾਲ ਕਰਿਓ, ਕਿ ਕੰਮ ਤੁਸੀਂ ਨਹੀਂ ਕਰਨਾ, ਕਿਸੇ ਬੱਚੇ ਤੋਂ ਹੀ ਕਹਿ ਕੇ ਤੁਸੀਂ ਇਹ ਕੰਮ ਕਰਾਉਣਾ ਹੈਗਾ। ਸਪੀਡ ਵਿੱਚ ਬਹੁਤ ਸਾਰੇ ਲੋਕ ਖੜੇ ਹੁੰਦੇ ਨੇ, ਸਪੀਡ ਨੂੰ ਥੋੜ੍ਹਾ ਪਾਸੇ ਕਰ ਦਿਓ, ਖੁੱਲ੍ਹੀ ਹਵਾ ਆਉਣ ਦਿਓ, ਠੀਕ ਹੈ ਨਾ, ਕਿਉਂਕਿ ਉਸਨੂੰ ਫਰੈਸ਼ ਐਅਰ ਦੀ ਲੋੜ ਹੁੰਦੀ ਹੈ, ਅਤੇ ਲੋਕਾਂ ਦੀ ਘਬਰਾਹਟ ਦੇ ਵਿੱਚ ਐਨੇ ਨੂੰ ਵੀ ਘਟਾਓ, ਠੀਕ ਹੈ, ਕੋਈ ਕੋਈ ਖਾਸ ਗੱਲ ਨਹੀਂ। ਅਤੇ ਆਪਣੀ ਆਈਡੈਂਟੀਫਿਕੇਸ਼ਨ ਜ਼ਰੂਰ ਦੇਣੀ ਹੈ, ਜੇ ਤੁਸੀਂ ਟ੍ਰੇਨਿੰਗ ਲਈ ਹੋਈ ਹੈ ਕੋਈ NSS ਕੈਂਪ ਦੇ ਵਿੱਚ ਜਾਂ ਕੋਈ ਰੈੱਡ ਕਰਾਸ ਦਾ, ਕੋਈ ਜਿਵੇਂ ਹੁਣ ਤੁਸੀਂ ਕੋਰਸ ਅਟੈਂਡ ਕੀਤਾ, ਤਾਂ ਭੀੜ ਦੇ ਜਾ ਕੇ ਤੁਸੀਂ ਦੱਸੋਗੇ ਕਿ ਸਰ ਮੈਨੂੰ, ਮੈਂ ਰੈੱਡ ਕਰਾਸ ਦਾ ਟ੍ਰੇਨਿੰਗ ਕੋਰਸ ਅਟੈਂਡ ਕੀਤਾ ਹੋਇਆ, ਮੈਨੂੰ CPR ਬਾਰੇ ਪਤਾ ਹੈ, ਅਤੇ ਮੈਂ ਕੀ ਹੈਲਪ ਕਰ ਸਕਦਾ, ਅਤੇ ਹੋ ਸਕਦਾ ਉਹਦਾ ਕੋਈ ਪਰਿਵਾਰ ਦਾ ਮੈਂਬਰ ਹੋਵੇ ਜਿਹੜੇ, ਤਾਂ ਉਹਦੀ ਥੋੜ੍ਹੀ ਜਿਹੀ ਕੰਸੈਂਟ ਲੈ ਲੈਣਾ, ਕਿ ਤੁਸੀਂ ਇਹਨੂੰ ਜਾਣਦੇ ਹੋ, ਉਹ ਕਹਿੰਦਾ ਜੀ ਹਾਂਜੀ ਮੇਰੇ ਪਿੰਡ ਦਾ ਹੀ ਹੈ, ਜਾਂ ਮੇਰਾ ਰਿਸ਼ਤੇਦਾਰ ਹੈ, ਕਿ ਸਰ ਇਹਨਾਂ ਦੀ ਹਾਲਤ ਖਰਾਬ ਹੈ, ਅਤੇ ਮੈਂ ਰੈੱਡ ਕਰਾਸ ਤੋਂ ਫਸਟ ਦਾ ਟ੍ਰੇਨਿੰਗ ਕੋਰਸ CPR ਦਾ ਕੀਤਾ ਹੋਇਆ, ਕਿ ਮੈਂ ਇਸਦੀ ਹੈਲਪ ਕਰ ਸਕਦਾ, ਮੈਂ ਇਹ ਹੈਲਪ, ਅਤੇ ਉਹ ਬੰਦਾ ਕਹਿੰਦਾ ਜੀ ਠੀਕ ਹੈ ਲਓ, ਕੋਈ ਬੰਦਾ ਤੁਹਾਨੂੰ ਮਨਾ ਨਹੀਂ ਕਰਦਾ, ਠੀਕ ਹੈ। ਉਸ ਤੋਂ ਬਾਅਦ ਐਂਬੂਲੈਂਸ ਗੱਡੀ ਨੂੰ ਕਾਲ ਕਰਤਾ, ਫਿਰ ਉਸ ਤੋਂ ਬਾਅਦ ਕੀ ਆਉਂਦਾ, ਡਾਕਟਰ ABC ਦੇ ਵਿੱਚ A ਸਟੈਂਡ ਫੋਰ ਏਅਰਵੇਜ਼, ਹੁਣ ਤੁਸੀਂ ਏਅਰਵੇਜ਼ ਕਿਹੜੇ ਨੇ, ਸਾਡੇ ਨੱਕ ਅਤੇ ਮੂੰਹ ਵਾਲਾ ਰਸਤਾ ਹੈ, ਇਹਦੇ ਵਿੱਚ ਦੇਖਣਾ ਕੋਈ ਕਿਸੇ ਕਿਸਮ ਦੀ ਰੁਕਾਵਟ ਤਾਂ ਨਹੀਂ, ਓਪਨ ਦਾ ਏਅਰਵੇਜ਼, ਤਾਂ ਇਸ ਦੇ ਵਿੱਚ ਕੋਈ ਮਿੱਟੀ ਘੱਟਾ ਜਾਂ ਕੋਈ ਕਿਸੇ ਕਿਸਮ ਦੀ ਗਾਰ ਤਾਂ ਨਹੀਂ, ਹੋ ਸਕਦਾ ਡੁੱਬਿਆ ਹੋਇਆ ਬੰਦਾ ਪਾਣੀ 'ਚੋਂ ਬਾਹਰ ਕੱਢਿਆ, ਹੋ ਸਕਦਾ ਕੋਈ ਮਲਬੇ ਹੇਠਾਂ ਬੰਦੋਂ ਬਾਹਰ ਕੱਢਿਆ ਹੋਇਆ, ਕੋਈ ਅਰਥਕੁਐਕ ਆ ਗਿਆ, ਹੈ ਨਾ, ਤਾਂ ਬਿਲਡਿੰਗ ਦੇ ਹੇਠਾਂ ਤੋਂ ਬੰਦੇ ਬਾਹਰ ਕੱਢੇ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਹਾਦਸੇ ਹੁੰਦੇ ਨੇ, ਤਾਂ ਤੁਸੀਂ ਕੀ ਦੇਖਣਾ, ਇਸ ਨੂੰ ਕੀ ਕਰਨਾ, ਹੈਡ ਨੂੰ ਟਿਲਟ ਕਰਨਾ, ਚਿੰਨ ਨੂੰ ਲਿਫਟ ਕਰਨਾ, ਹੁਣ ਇਸ ਦੇ ਨੱਕ ਵਾਲੇ ਮੂੰਹ ਵਿੱਚ ਜਗ੍ਹਾ ਦੇ ਚੈੱਕ ਕਰਨਾ, ਏਅਰਵੇਜ਼ ਵਿੱਚ ਕੋਈ ਰੁਕਾਵਟ ਤਾਂ ਨਹੀਂ ਹੈਗੀ, ਉਸ ਨੂੰ ਸਵਾਈਪ ਆਊਟ ਕਰ ਦੇਣਾ, ਠੀਕ ਹੈ, ਇੱਕ ਉਂਗਲ 'ਤੇ ਦੋ ਕੋਈ ਦੁਪੱਟਾ ਹੈਗਾ, ਕੋਈ ਰੁਮਾਲ ਹੈਗਾ, ਜਾਇਦਾਰ ਕੋਈ ਕੱਪੜਾ, ਤਾਂ ਉਸ ਨੂੰ ਆਪਾਂ ਬਾਹਰ ਕੱਢ ਲਿਆ। ਹੁਣ ਮੰਨ ਲਓ ਨੱਕ ਦੇ ਵਿੱਚ ਨੋਸਟਲ ਦੇ ਵਿੱਚ ਕੋਈ ਚੀਜ਼ ਹੈਗੀ ਹੈਗੀ, ਤਾਂ ਥੋੜ੍ਹਾ ਜਿਹਾ ਪੇਟ ਵਾਲੇ ਹਿੱਸੇ ਨੂੰ ਉੱਪਰੋਂ ਡਾਇਫਰਾਮ ਕੋਲੋਂ ਆਪਾਂ ਦੱਬ ਦੇਣਾ, ਪ੍ਰੈਸ਼ਰ ਦੇ ਕੇ ਉਹਦੇ ਨਾਲ ਇਹ ਕੀ ਹੋ ਗਿਆ, ਪੇਟ ਦੇ ਉੱਤੇ ਦਬਾ ਦੇਵਾਂਗੇ, ਤਾਂ ਇਹਨਾਂ ਪ੍ਰੈਸ਼ਰ ਨਾਲ ਏਅਰਵੇਜ਼ ਸਾਡੇ ਕਲੀਅਰ ਹੋ ਗਏ। ਥੋੜਾ ਜਿਹਾ ਹਲਕਾ ਜਿਹਾ ਪ੍ਰੈਸ਼ਰ ਦਿੱਤਾ, ਏਅਰਵੇਜ਼ ਕਲੀਅਰ ਹੋ ਗਏ। ਦੈਨ ਇਹ ਤੋਂ ਬਾਅਦ ਕੀ ਆਉਂਦਾ, ਆਰ ਸਟੈਂਡ ਫੋਰ
ਸੋਰੀ ਬੀ ਸਟੈਂਡ ਫੋਰ ਬਰੀਦਿੰਗ, ਇਹ ਤੋਂ ਬਾਅਦ ਬੀ ਬਰੀਦਿੰਗ ਚੈੱਕ ਕਰਨੀ ਹੈ। ਹੁਣ ਹੈਡ ਨੂੰ ਟਿਲਟ ਕੀਤਾ ਹੈ, ਚਿੰਨ ਨੂੰ ਲਿਫਟ ਕੀਤਾ ਹੈ, ਇਸ ਤਰ੍ਹਾਂ ਬੇਟੇ ਤੁਸੀਂ ਗੁੰਡਿਆਂ ਪਰਨੇ ਬੈਠੇ ਹੋ, ਬੜੇ ਆਰਾਮ ਨਾਲ ਹੈਡ ਨੂੰ ਟਿਲਟ ਕਰਕੇ ਤਾਂ ਕਿ ਸਾਰਾ ਜੇ ਉੱਤੇ ਕੋਈ ਦਬਾਅ ਨਾ ਹੋਵੇ, ਹੱਥ ਮੱਥੇ ਉੱਤੇ ਰੱਖ ਕੇ ਆਪਣੇ ਫੇਸ ਨੂੰ ਇਹਦੇ ਨੱਕ ਕੋਲੇ ਲੈ ਜਾਣਾ ਤੇ ਇਧਰਲੇ ਪਾਸੇ ਆਪਾਂ ਦੇਖ ਰਹੇ। ਤਿੰਨ ਚੀਜ਼ਾਂ ਨਾਲ ਸਾਨੂੰ ਸਾਹ ਕਿਰਿਆ ਦਾ ਬੇਟੇ ਪਤਾ ਲੱਗਦਾ, ਲੁੱਕ ਲਿਸਨ ਐਂਡ ਫੀਲ, ਦੇਖ ਕੇ ਪਤਾ ਲੱਗਦਾ, ਸੁਣ ਕੇ ਪਤਾ ਲੱਗਦਾ ਤੇ ਫੀਲ। ਹੁਣ ਤਿੰਨੇ ਚੀਜ਼ਾਂ ਇੱਕੋ ਟਾਈਮ ਤੇ ਹੋ ਰਹੀਆਂ ਨੇ, ਲੁੱਕ ਲਿਸਨ ਐਂਡ ਫੀਲ, ਤੇ ਇਹਦੇ 'ਚ ਕਿੰਨਾ ਟਾਈਮ ਲੈਣਾ, ਸਿਰਫ ਲਿਖ ਲਓ 10 ਸੈਕਿੰਡ। 10 ਸੈਕਿੰਡ ਵਿੱਚ ਤੁਸੀਂ ਪਤਾ ਕਰ ਲੈਣਾ ਕਿ ਵਿਅਕਤੀ ਦਾ ਸਾਹ ਚੱਲ ਰਿਹਾ ਕਿ ਨਹੀਂ ਚੱਲ ਰਿਹਾ। 1 2 3 4 5 6 7 8 9 10 ਹੁਣ ਇਹਦੀ ਬਿਲਕੁਲ ਵੀ ਬਰੀਦਿੰਗ ਨਹੀਂ ਹੈਗੀ, ਠੀਕ ਹੈ। ਦੋ ਹੀ ਕੰਡੀਸ਼ਨ ਹੋ ਗਈਆਂ, ਜਾਂ ਤਾਂ ਇਹ ਸਾਹ ਲੈ ਰਿਹਾ ਹੋਵੇਗਾ ਜਾਂ ਨਹੀਂ ਲੈ ਰਿਹਾ ਸਾਹ। ਹੁਣ ਮੈਂ ਇਹ ਇਨਸ਼ੋਰ ਕਰ ਲਿਆ ਕਿ ਇਹਦਾ ਸਾਹ ਨਹੀਂ ਚੱਲ ਰਿਹਾ, ਤਾਂ ਹੁਣ ਸੀ ਸਟੈਂਡ ਫੋਰ ਚੈਸਟ ਕੰਪਰੈਸ਼ਨ, ਸੀ ਪੀ ਆਰ ਦੇਣੀ ਆਪਾਂ, ਠੀਕ ਹੈ। ਸੀ ਪੀ ਆਰ ਦੀ ਫੁੱਲ ਫਾਰਮ ਲਿਖ ਲਓ, ਸੀ ਸਟੈਂਡ ਫੋਰ ਕਾਰਡੀਓ, ਕਾਰਡੀਓ ਮਤਲਬ ਸਾਡਾ ਦਿਲ ਹਿਰਦੇ, ਠੀਕ ਹੈ। ਪੀ ਸਟੈਂਡ ਫੋਰ ਪਲਮਨਰੀ, ਫੇਫੜੇ ਸਾਹ ਕਿਰਿਆ ਚ ਭਾਗ ਲੈਂਦੇ ਨੇ, ਲੰਗਸ। ਐਂਡ ਆਰ ਸਟੈਂਡ ਫੋਰ ਰੀਸਸੀਟੇਸ਼ਨ, ਕਿਸੇ ਵੀ ਵਿਅਕਤੀ ਦਾ ਜਦੋਂ ਸਾਹ ਤੇ ਦਿਲ ਦੀ ਧੜਕਣ ਰੁਕੀ ਹੋਵੇ ਤਾਂ ਉਸਨੂੰ ਰਿਵਾਈਵ ਕਰਨਾ, ਦੈਟ ਇਜ਼ ਰੀਸਸੀਟੇਸ਼ਨ, ਉਸਦੇ ਵਿੱਚ ਜਾਨ ਪਾਉਣੀ, ਰੀਸਟਾਰਟ ਕਰਨਾ, ਠੀਕ ਹੈ। ਚੈਸਟ ਕੰਪਰੈਸ਼ਨ ਹੁੰਦੇ ਨੇ ਇਕੱਲਾ ਛਾਤੀ ਨੂੰ ਹੀ ਦਬਾਉਣਾ। ਹੁਣ ਬੇਟੇ ਕਿਉਂਕਿ ਕੋਵਿਡ ਚੱਲ ਰਿਹਾ ਪਿਛਲੇ ਕਾਫੀ ਸਾਲਾਂ ਤੋਂ, 2019 ਤੋਂ ਇਹ ਪ੍ਰੋਬਲਮ ਜਿਹੜੀ ਹੈ ਪ੍ਰੈਵਲੈਂਟ ਹੈ ਤੇ ਹਜੇ ਪੂਰੀ ਤਰ੍ਹਾਂ ਇਲੈਮੀਨੇਟ ਨਹੀਂ ਹੋਇਆ, ਹੋ ਸਕਦਾ ਕਿਸੇ ਕਿਸਮ ਦੀ ਕੋਈ ਕ੍ਰੋਸ ਇਨਫੈਕਸ਼ਨ ਹੋ ਜਾਏ, ਤਾਂ ਹੁਣ ਇਹਦੇ ਸੀ ਪੀ ਆਰ ਵਿੱਚ ਕਦੇ ਵੀ ਮਾਊਥ ਟੂ ਮਾਊਥ ਰੈਸਪੀਰੇਸ਼ਨ ਨਹੀਂ ਦੇਣੀ, ਜਦੋਂ ਤੱਕ ਵੀ ਇਲੈਮੀਨੇਟ ਨਹੀਂ ਹੋਏਗਾ ਸਾਡੇ ਕੋਲ ਨਵੀਆਂ ਗਾਈਡਲਾਈਨ ਨਹੀਂ ਹੁੰਦੀਆਂ। ਤਾਂ ਕਿਸੇ ਵੀ ਫਸਟ ਏਡ ਨੂੰ ਬਸ ਸਿਰਫ ਇਹ ਸਿਖਾਉਣਾ ਕਿ ਚੈਸਟ ਕੰਪਰੈਸ਼ਨ ਕਿਵੇਂ ਦਿੱਤੇ ਜਾ ਸਕਦੇ ਨੇ, ਇਕੱਲਾ ਛਾਤੀ ਨੂੰ ਦਬਾਉਣਾ, ਮਾਊਥ ਟੂ ਮਾਊਥ ਰੈਸਪੀਰੇਸ਼ਨ ਨਹੀਂ ਦੇਣੀ। ਸੀ ਪੀ ਆਰ ਦੇ ਵਿੱਚ ਕੰਬਾਈਂਡ ਇੱਕ ਟੈਕਨੀਕ ਹੁੰਦੀ ਹੈ ਵੀ 2 ਵਾਰ ਤੁਸੀਂ ਮੂੰਹ ਰਾਹੀਂ ਸਾਹ ਦਿੰਦੇ ਹੋ, 2 ਵਾਰ ਛਾਤੀ ਨੂੰ ਦੱਬ ਦਿਓ, ਫਿਰ 2 ਵਾਰ ਸਾਹ ਦਿੰਦੇ ਹੋ, ਛਾਤੀ ਨੂੰ ਦੱਬ ਦਿਓ। ਲੇਕਿਨ ਚੈਸਟ ਕੰਪਰੈਸ਼ਨ ਓਨਲੀ ਹੈਗਾ ਵੀ 1 ਮਿੰਟ ਦੇ ਵਿੱਚ ਘੱਟੋ ਘੱਟ ਐਟਲੀਸਟ 100 ਤੋਂ 120 ਵਾਰ ਤੁਸੀਂ ਬਸ ਚੈਸਟ ਕੰਪਰੈਸ਼ਨ ਹੀ ਕਰਦੇ ਹੋ। ਤੇ ਕਿੰਨਾ ਕੁ ਦਬਾਉਣਾ, ਸੈਂਟਰ ਆਫ ਚੈਸਟ ਜਿਵੇਂ ਹੁਣ ਤੁਹਾਨੂੰ ਦੱਸਣ ਜਾ ਰਿਹਾ, 2.5 ਤੋਂ 3 ਇੰਚ ਤੱਕ ਮੈਕਸੀਮਮ 3 ਇੰਚ ਤੱਕ ਤੁਸੀਂ ਛਾਤੀ ਨੂੰ ਦਬਾਉਣਾ। ਨੀਚੇ ਲਹੂ ਨਾਲ ਭਰਿਆ ਹੋਇਆ ਸਾਡਾ ਹਾਰਟ ਪਿਆ ਹੋਇਆ, ਮਸਕੂਲਰ ਆਰਗਨ ਹੈ, ਇਹਦੇ ਉੱਤੇ ਦਬਾਅ ਪੈਣ ਨਾਲ ਸਾਰੀਆਂ ਆਰਟਰੀਜ਼ ਰਾਹੀਂ ਬ੍ਰੇਨ ਤੋਂ ਲੈ ਕੇ ਲੋਅਰ ਲਿਮਸ ਤੱਕ ਜਿਹੜਾ ਹੈ ਆਕਸੀਜਨ ਦੀ ਜਿਹੜੀ ਸਪਲਾਈ ਜਿਹੜੀ ਆ ਉਹ ਫਲੋ ਬਣਿਆ ਰਹਿੰਦਾ ਹੈਗਾ, ਠੀਕ ਹੈ, ਤਾਂ ਕਿ ਬ੍ਰੇਨ ਤੌਰ 'ਤੇ ਡੈਡ ਨਾ ਹੋ ਜਾਏ। ਅਤੇ ਤੁਸੀਂ ਸਾਰਿਆਂ ਨੇ ਬੇਟੇ ਆਪਦੀ ਪੜ੍ਹਾਈ ਦੌਰਾਨ ਪੜ੍ਹਿਆ ਹੋਇਆ ਕਿ ਜੇ ਸਾਡੇ ਬ੍ਰੇਨ ਨੂੰ 5 ਤੋਂ 6 ਮਿੰਟ ਤੱਕ, 5 ਤੋਂ 6 ਮਿੰਟ ਤੱਕ ਜੇ ਬਲੱਡ ਸਰਕੂਲੇਸ਼ਨ ਨਾ ਪਹੁੰਚੇ ਤਾਂ ਬੰਦਾ ਬ੍ਰੇਨ ਤੌਰ 'ਤੇ ਡੈਡ ਹੋ ਜਾਂਦਾ ਹੈ, ਭਾਵ ਕਿ ਕੌਮਾ ਦੇ ਵਿੱਚ ਚਲਾ ਜਾਂਦਾ ਹੈ, ਸਦਾ ਵਾਸਤੇ ਕੌਮਾਂ ਦੇ ਚਲਾ ਗਿਆ। ਪਿੱਛੇ ਤੁਸੀਂ ਨਿਊਜ਼ ਪੜ੍ਹੀ ਹੋਈ, ਅਖਬਾਰ ਜ਼ਰੂਰ ਪੜ੍ਹਿਆ ਕਰੋ, ਮੀਡੀਆ ਦੇ ਨਾਲ ਜ਼ਰੂਰ ਅਪਡੇਟ ਰਿਹਾ ਕਰੋ, ਠੀਕ ਹੈ। ਉਹਦੇ ਨਾਲ ਹੈਲਥ ਨਾਲ ਰਿਲੇਟਡ ਨਿਊਜ਼ ਆਉਂਦੀਆਂ ਨੇ, ਕੁਛ ਇਸ ਤਰ੍ਹਾਂ ਦੀਆਂ ਨਵੇਂ ਨਵੇਂ ਆਪਰੇਸ਼ਨ ਹੋ ਰਹੇ ਨੇ। ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹੋਸਪਿਟਲ ਵਿੱਚ ਦੇਖਿਆ ਹੋਣਾ ਕਿ ਇੱਕ ਲੇਡੀ ਜਿਹੜੀ ਕਿ ਕੌਮਾ ਦੇ ਵਿੱਚ ਸੀਗੀ, ਠੀਕ ਹੈ, ਉਹਦੇ ਬਾਕੀ ਸਾਰੇ ਆਰਗਨ ਕੰਮ ਕਰ ਰਹੇ ਸੀ ਲੇਕਿਨ ਬ੍ਰੇਨ ਤੌਰ 'ਤੇ ਉਹ ਡੈਡ ਹੋ ਚੁੱਕੀ ਸੀ। ਉਸਨੇ ਪਲੈਜ ਕੀਤੀ ਹੋਈ ਸੀ ਕਿ ਮੇਰੇ ਜਿੰਨੇ ਵੀ ਆਰਗਨ ਨੇ ਲੋੜਵੰਦਾਂ ਦੇ ਕੰਮ ਆ ਸਕਣ, ਤਾਂ ਉਹਦੇ 2 ਬਾਹਾਂ ਜਿਹੜੇ 2 ਹੱਥ ਸੀਗੇ, ਇੱਕ ਪੇਂਟਰ ਜਿਹਦੀ ਟ੍ਰੇਨ ਦੇ ਥੱਲੇ ਆ ਕੇ ਬਾਹਾਂ ਕੱਟੀਆਂ ਗਈਆਂ ਸੀ, ਉਹਦੇ ਰੀਸਟਿਚ ਕਰ ਦਿੱਤੀਆਂ ਗਈਆਂ ਮਾਈਕਰੋ ਸਰਜਰੀ ਟੈਕਨੀਕ ਨਾਲ, ਉਹਦੇ ਹੱਥ ਲੇਡੀ ਦੇ ਉਹਦੇ ਜੋੜ ਦਿੱਤੇ ਗਏ। ਇਸੇ ਤਰ੍ਹਾਂ ਉਹਦਾ ਹਾਰਟ ਟ੍ਰਾਂਸਪਲਾਂਟ ਹੋ ਸਕਦਾ, ਆਪਣੀਆਂ 2 ਆਈਜ਼ ਜਿਹੜੀਆਂ ਕੰਮ ਆ ਜਾਣਗੀਆਂ, 2 ਕਿਡਨੀਜ਼ ਕੰਮ ਆ ਜਾਣਗੀਆਂ, ਲਿਵਰ ਕੰਮ ਆ ਜਾਊਗਾ। ਤਾਂ ਸਾਨੂੰ ਜਿਉਂਦੇ ਜੀ ਖੂਨਦਾਨ ਕਰਨਾ ਚਾਹੀਦਾ ਹੈ, ਮਰਨ ਤੋਂ ਬਾਅਦ ਅਸੀਂ ਆਪਣੀਆਂ ਅੱਖਾਂ ਜਾਂ ਬਾਡੀ ਡੋਨੇਟ ਵੀ ਕਰ ਸਕਦੇ ਹਾਂ। ਲੇਕਿਨ ਉਹਦੇ ਲਈ ਸਾਨੂੰ ਕਿਸੇ ਨਾ ਕਿਸੇ ਆਰਗਨਾਈਜੇਸ਼ਨ ਨਾਲ, ਰੈੱਡ ਕਰਾਸ ਨਾਲ ਜਾਂ ਹੈਲਥ ਡਿਪਾਰਟਮੈਂਟ ਜਾ ਕੇ ਸਾਨੂੰ ਪਲੈਜ ਕਰਨੀ ਪੈਂਦੀ ਹੈ, ਠੀਕ ਹੈ। ਮੈਡੀਕਲ ਕਾਲਜ ਦੇ ਅਨਾਟਮੀ ਡਿਪਾਰਟਮੈਂਟ ਹੁੰਦੇ ਨੇ, ਉੱਥੇ ਜਾ ਕੇ ਐਫੀਡੈਵਿਟ ਦੇਣਾ ਪੈਂਦਾ ਹੈ, ਤਾਂ ਤੁਸੀਂ ਆਪਣੀ ਬਾਡੀ ਵੀ ਜਿਹੜੀ ਹੈ ਬਾਅਦ ਵਿੱਚ ਮਰਨ ਤੋਂ ਬਾਅਦ ਜਿਹੜੇ ਆਰਗਨ ਜਿਹੜੇ ਡੋਨੇਟ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਆਪਰੇਸ਼ਨ ਹੋ ਰਹੇ ਨੇ। ਤਾਂ ਹੁਣ ਆਪਾਂ ਉਸਨੂੰ ਸੀ ਪੀ ਆਰ ਦੇਣਾ, ਉਸਨੂੰ 2.5 ਤੋਂ 3 ਇੰਚ ਤੱਕ ਮੈਕਸੀਮਮ ਆਪਾਂ ਦਬਾਉਂਦੇ ਰਹਿਣਾ, ਤਾਂ ਕਿ ਉਹਦੀ ਬਲੱਡ ਸਰਕੂਲੇਸ਼ਨ ਜਿਹੜੀ ਮਿਲਦੇ ਰਹੇ। ਗੁੰਡਿਆਂ ਪਰਨੇ ਬੇਟੇ ਤੁਸੀਂ ਇਸ ਤਰ੍ਹਾਂ ਖੱਬੇ ਜਾਂ ਸੱਜੇ ਪਾਸੇ ਵੱਲ ਨੂੰ ਬੈਠ ਜਾਣਾ। ਇਨ ਕੇਸ ਜੇ ਸਾਹ ਚੱਲ ਰਿਹਾ ਫਿਰ ਕਦੇ ਵੀ ਸੀ ਪੀ ਆਰ ਨਹੀਂ ਦੇਣੀ। ਹੁਣ ਮੰਨ ਲਓ ਕਿ ਤੁਸੀਂ ਚੈੱਕ ਕਰ ਲਿਆ ਵੀ ਸਾਹ ਚੱਲ ਰਿਹਾ, ਤਾਂ ਇਟ ਮੀਨਸ ਕਿ ਬੇਹੋਸ਼ ਹੈ, ਅਨਕੋਨਸ਼ੀਅਸ ਹੈ। ਤਾਂ ਫਿਰ ਆਪਾਂ ਇਸਨੂੰ ਕੀ ਕਰਾਂਗੇ, ਲਿਖ ਲਓ ਰਿਕਵਰੀ ਪੋਜੀਸ਼ਨ 'ਚ ਪਾਵਾਂਗੇ, ਭਾਵੇਂ ਖੱਬੇ ਪਾਸੇ ਵੱਲ ਨੂੰ ਪਾ ਦਿਓ ਭਾਵੇਂ ਸੱਜੇ ਪਾਸੇ ਵੱਲ ਨੂੰ ਪਾ ਦਿਓ। ਉਹਦੇ ਨਾਲ ਕੀ ਹੋਊਗਾ ਕਿ ਜੀਭ ਵੀ ਅੱਗੇ ਆ ਜਾਊਗੀ ਤੇ ਸਾਹ ਨਾਲ ਉੱਤੇ ਕੋਈ ਦਬਾਅ ਨਹੀਂ ਹੋਣਾ। ਤੀਜਾ ਪੇਟ ਦੇ ਜੋ ਵੋਮਿਟਸ ਮਟੀਰੀਅਲ ਸੀਗਾ
ਉਹ ਜਿਹੜਾ ਐਸਪੀਰੇਟ ਨਹੀਂ ਕਰਦਾ ਸਾਡੇ ਲੰਗ, ਜੇ ਪਿੱਠ ਭਰਨੇ ਨਹੀਂ ਪਾਉਣਾ ਉਸਨੂੰ ਟੇਢਾ ਕਰਕੇ ਬੱਖੀ ਭਰਨੇ ਹੀ ਪਾਉਣਾ। ਇਹ ਵੀ ਗੱਲ ਨੋਟ ਕਰ ਲਓ ਵੀ ਕਿਸੇ ਵੀ ਹਾਦਸੇ ਦੌਰਾਨ ਜਦੋਂ ਬਹੁਤ ਸਾਰੀਆਂ ਕੈਜੂਲਿਟੀਜ਼ ਹੋਣ, ਬਹੁਤ ਸਾਰੇ ਫੱਟੜ ਹੋਣ, ਜਿਹਨਾਂ ਤੁਸੀਂ ਸਾਹ ਤੇ ਹਾਰਟਬੀਟ ਚੈੱਕ ਕਰ ਲਈ, ਜਿਹੜੇ ਬੰਦੇ ਵਿਅਕਤੀ ਦੀ ਬੇਹੋਸ਼ ਨੇ ਉਹਨਾਂ ਨੂੰ ਕਦੇ ਵੀ ਪਿੱਠ ਭਰਨੇ ਨਹੀਂ ਪਾਉਣਾ, ਉਹਨਾਂ ਨੂੰ ਫਟਾਫਟ ਰਿਕਵਰੀ ਪਿੱਛੇ ਦੇ ਪਾ ਲਈ। ਐਡਾ ਕੰਮ ਵੀ ਕਰਨਾ ਬਹੁਤ ਵੱਡੀ ਸੇਵਾ ਕਰਨੀ ਆਪਾਂ, ਤਾਂ ਕਿ ਉਹਦਾ ਸਾਹ ਸੌਖਾ ਚੱਲਦਾ ਰਹੇ। ਜਿਹਦੇ ਵੀ ਨੱਕ ਮੂੰਹ ਦੇ ਵਿੱਚ ਖੂਨ ਆ ਰਿਹਾ, ਝੱਗ ਆ ਰਹੀ ਹੈ, ਉਹਨੂੰ ਫਟਾਫਟ ਟੇਢਾ ਕਰਕੇ ਪਾਓ। ਜੇ ਕਿ ਸਾਹ ਨਹੀਂ ਹੈਗਾ ਫਿਰ ਆਪਾਂ ਸੀਪੀਆਰ ਦੇਣੀ ਹੈ, ਚੈਸਟ ਕੰਪਰੈਸ਼ਨ ਜਿਹੜੇ ਨੇ ਉਹ ਦੇਣੀ। ਤਾਂ ਮੈਂ ਇੱਥੇ ਗੋਡਿਆਂ ਭਰਨੇ ਬੈਠ ਕੇ ਕੌਡੀ ਤੋਂ ਚਾਰ ਉਂਗਲਾਂ ਉੱਪਰ ਆਪਾਂ ਹੱਥ ਜਿਹੜਾ ਬਿਲਕੁਲ ਸੈਂਟਰ ਆਫ ਦਾ ਚੈਸਟ ਰੱਖਾਂਗੇ। ਨਿਪਲ ਟੂ ਨਿਪਲ ਇੱਕ ਆਪਾਂ ਲਾਈਨ ਖਿੱਚਦੀ ਹੈ, ਸਾਡੀ ਛਾਤੀ ਦੀ ਹੱਡੀ ਹੈ, ਤਾਂ ਇਸ ਜਗ੍ਹਾ ਦੇ ਉੱਤੇ ਸਾਡਾ ਹਾਰਟ ਸਿਚੁਏਟਡ ਹੈ, ਤਾਂ ਇਸ ਜਗ੍ਹਾ ਦੇ ਉੱਤੇ ਆਪਾਂ ਦਬਾ ਦੇਵਾਂਗੇ ਹੱਥ ਦੀ ਹਥੇਰੀ ਨਾਲ, ਇਹ ਸੌਫਟ ਪੈਡ ਨਾਲ। ਇਹ ਹੱਥ ਕਿੱਥੇ ਰੱਖਾਂਗੇ? ਪਸਲੀਆਂ ਦੇ ਉੱਤੇ ਹੱਥ ਨਹੀਂ ਰੱਖਣਾ, ਸਟਰਨਮ ਬੋਨ ਦੇ ਉੱਤੇ ਹੱਥ ਰੱਖਣਾ ਹੈਗਾ, ਕੌਡੀ ਤੋਂ ਚਾਰ ਉਂਗਲਾਂ ਉੱਪਰ, ਤਾਂ ਸੈਂਟਰ ਆਫ ਦਾ ਚੈਸਟ ਇੱਥੇ ਕ੍ਰੋਸ ਬਣ ਗਿਆ। ਦੂਜੇ ਹੱਥ ਦੀ ਉਂਗਲਾਂ ਨੂੰ ਇੰਟਰਲੋਕ ਕੀਤਾ, ਉੱਪਰ ਦੇ ਹੱਥ ਦੀ ਹਥੇਰੀ ਨਾਲ ਨੀਚੇ ਵਾਲੇ ਨੂੰ ਦਬਣਾ, ਕੂਹਣੀਆਂ ਨੂੰ ਲੋਕ ਕਰ ਲੈਣਾ, ਅੱਡੀਆਂ ਤੋਂ ਭਾਰ ਚੱਕ ਕੇ ਆਪਣਾ ਤੁਸੀਂ ਸਟੇਟ ਫਾਰਵਰਡ ਮੋਮੈਂਟ ਦੇ ਜ਼ੋਰ ਨਾਲ ਬੇਟੀ ਇਸ ਨੂੰ 2.5 ਤੋਂ 3 ਇੰਚ ਤੱਕ ਦਬਾਉਣਾ। ਤੇ ਕਿੰਨੇ ਵਾਰ ਦਬਾਉਣਾ 1 ਮਿੰਟ ਦੇ ਵਿੱਚ ਐਟਲੀਸਟ? ਇਹ ਨੋ 100 to 120 ਹੋ ਜੇ, ਠੀਕ ਹੈ? ਬਸ ਇਸ ਨੂੰ ਸਿਰਫ ਦਬਣਾ ਹੀ ਆਪਾਂ, ਚੈਸਟ ਕੰਪਰੈਸ਼ਨ ਲਾਉਣ ਲਈ ਸਿਖਾ ਰਿਹਾ, ਮਤਲਬ ਸੀਪੀਆਰ ਨਹੀਂ ਸਿਖਾ ਰਿਹਾ। 1 2 3 4 5 6 7 ਇਹ ਹੁਣ ਮੈਨੂੰ ਦੱਸੋ ਬੇਟਾ ਕਿੰਨਾ ਕੁ ਟਿਪੀਕਲ ਕੰਮ ਹੈ, ਔਖਾ ਕੰਮ ਹੈ ਵੀ ਜਿਹੜਾ ਕੋਈ ਵਿਅਕਤੀ ਕਰ ਨਹੀਂ ਸਕਦਾ? ਤੁਹਾਨੂੰ ਪ੍ਰੋਪਰ ਲੋਕੇਸ਼ਨ ਦਾ ਪਤਾ ਹੈ, ਪ੍ਰੋਪਰ ਡੈਮੋਸਟ੍ਰੇਸ਼ਨ ਆਹੀ, ਇਹ ਗੱਲ ਸਮਝ ਆ ਗਈ ਕਿ ਹਰ ਸਿਚੁਏਸ਼ਨ ਕਿੱਥੇ ਹੈ, ਕਿੰਨਾ ਇਸਨੂੰ ਦਬਾਉਣਾ ਹੈ, ਕਿੰਨਾ ਚਿਰ ਤੱਕ ਦਬਾਉਣਾ ਹੈ, ਤਾਂ ਕੋਈ ਬੜਾ ਇਹ ਹਾਰਡ ਫਾਸਟ ਰੂਲ ਨਹੀਂ ਹੈਗਾ, ਠੀਕ ਹੈ? ਹੁਣੇ ਤੁਸੀਂ ਆ ਕੇ ਬੱਚੇ ਜਿਹੜੇ ਨੇ ਦੋ ਦੋ ਚਾਰ ਚਾਰ ਬੱਚੇ ਆ ਕੇ ਜਦੋਂ ਪ੍ਰੈਕਟਿਸ ਕਰੋਗੇ ਤੁਹਾਡਾ ਇੱਕ ਕੌਨਫੀਡੈਂਸ ਬਿਲਡਅਪ ਹੋ ਜੂਗਾ, ਅਤੇ ਫਸਟ ਏਡ ਦੇ ਵਿੱਚ ਕੌਨਫੀਡੈਂਸ ਹੀ ਕੰਮ ਕਰਦਾ, ਸਕਿੱਲ ਜੇ ਹੈਗੀ ਤੁਹਾਡੇ ਕੋਲ ਤਾਂ ਕੌਨਫੀਡੈਂਸ ਆਪਣੇ ਆਪ ਹੀ ਆਉਂਦਾ, ਅਤੇ ਬੰਦੇ ਦੀ ਜਿਹੜੀ ਹੈ ਲਾਈਫ ਬਣ ਜਾਂਦੀ ਹੈ, ਠੀਕ ਹੈ? ਜੇ ਕੋਈ ਛੋਟਾ ਬੱਚਾ ਹੋਵੇ 0 ਤੋਂ ਲੈ ਕੇ 1 ਈਅਰ ਤੱਕ ਦਾ, ਤਾਂ ਉਹਦੇ ਵਿੱਚ ਆਪਾਂ ਸੈਂਟਰ ਆਫ ਦਾ ਚੈਸਟ ਇਸ ਦੋ ਉਂਗਲਾਂ ਦੇ ਪੈਰ ਨਾਲ ਦਬਾ ਦੇਣਾ, 1 to 1.5 ਇੰਚ ਤੱਕ ਆਪਾਂ ਦਬਾ ਦੇਵਾਂਗੇ। ਹੈਡ ਨੂੰ ਟਿਲਟ ਰੱਖਾਂਗੇ, ਅਤੇ ਕੋਈ ਛੋਟਾ ਨਿਊ ਬੋਰਨ ਬੇਬੀ ਹੈਗਾ ਤਾਂ ਕਈ ਵਾਰ ਉਹਦੀ ਹਾਰਟ ਬੀਟ ਰੁਕ ਜਾਂਦੀ ਹੈ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ, ਤਾਂ ਉੱਥੇ ਆਪਾਂ ਇਸ ਤਰ੍ਹਾਂ ਕਰਾਂਗੇ। 1 ਸਾਲ ਤੋਂ ਲੈ ਕੇ 8 ਸਾਲ ਤੱਕ ਦੇ ਵਿੱਚ 1 ਹੈਂਡ ਦੀ ਹੀਲ ਨੂੰ ਯੂਜ਼ ਕਰਾਂਗੇ, 1 ਹੱਥ ਨਾਲ ਦਬਾ ਦੇਵਾਂਗੇ 1.5 to 2 ਇੰਚ ਤੱਕ, ਅਤੇ ਬਾਲਕਾਂ ਦੇ ਵਿੱਚ 8 ਸਾਲ ਤੋਂ ਉੱਪਰ ਜਿਹੜੇ ਵੀ ਵਿਅਕਤੀ ਹੈਗੇ ਨੇ ਉਹਨਾਂ 'ਚ ਅਸੀਂ ਦੋਵੇਂ ਹੱਥਾਂ ਨਾਲ ਜਿਹੜਾ ਪ੍ਰੈਸ਼ਰ ਦੇਵਾਂਗੇ 2.5 to 3 ਇੰਚ ਤੱਕ ਜਿਹੜਾ ਅਸੀਂ ਦਬਾ ਦੇਵਾਂਗੇ। ਇਹ ਕੰਮ ਉਨਾ ਚਿਰ ਕਰਨਾ ਜਿੰਨਾ ਚਿਰ ਪੇਸ਼ੈਂਟ ਹੋਸਪਿਟਲ ਨਹੀਂ ਪਹੁੰਚ ਜਾਂਦਾ, ਜਿੰਨਾ ਚਿਰ ਕੋਈ ਹੋਰ ਬਾਰੀ ਅਗਰ ਕੋਈ ਤੁਹਾਡੇ ਲਈ ਖਤਰਾ ਨਾ ਹੋਵੇ ਆ ਛੱਡਣਾ ਆਪਾਂ, ਜਾਂ ਉਹਦੇ 'ਚ ਕੋਈ ਸੈਡ ਸਿਮਟਮ ਨਹੀਂ ਆਏ ਦੇ, ਜਾਂ ਕੋਈ ਮੈਡੀਕਲ ਪ੍ਰੋਫੈਸ਼ਨ ਵਾਲਾ ਉਸ ਵਿਅਕਤੀ ਜਾਂ ਵਿਅਕਤੀ ਉਹਦੇ ਕੋਲ ਤੱਕ ਨਹੀਂ ਪਹੁੰਚ ਜਾਂਦਾ। ਇਹਨਾਂ 4 ਹਾਲਤਾਂ ਦੇ ਵਿੱਚ ਇਹ ਕੰਟੀਨਿਊ ਰੱਖਣਾ, ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਆਪਾਂ ਕਹਿ ਦਿੱਤੀ ਛੱਡ ਸਕਦੇ ਨਹੀਂ, ਅਦਰਵਾਈਜ਼ ਉਸਨੂੰ ਹੋਸਪਿਟਲ ਪਹੁੰਚਾਉਣ ਤੱਕ ਜਿੰਨਾ ਚਿਰ ਉਹ ਰਿਵਾਈਵ ਨਹੀਂ ਹੁੰਦਾ ਉਹ ਚੱਕਰ ਆਪਾਂ ਇਹ ਐਫਰਟਸ ਕਰਦੇ ਰਹਿੰਦੇ ਹਾਂ। ਐਨੀ ਕੁਐਰੀ, ਕੋਈ ਸਵਾਲ ਇਹਦੇ ਨਾਲ ਰਿਲੇਟਡ, ਫਿਰ ਤੁਸੀਂ ਆ ਕੇ ਇੱਥੇ ਫਟਾਫਟ ਇੱਕ ਇੱਕ ਕਰਕੇ ਪ੍ਰੈਕਟਿਸ ਕਰੋਗੇ ਬੇਟੇ। ਹਾਂਜੀ, ਹੈਂਡ ਆਨ ਪ੍ਰੈਕਟਿਸ ਹੋਊਗੀ, ਲੇਕਿਨ ਇਸ ਤੋਂ ਪਹਿਲਾਂ ਕੋਈ ਕੁਐਰੀ, ਕੋਈ ਸਵਾਲ ਹੈ ਇਸ ਨੂੰ ਲੈ ਕੇ? ਹਾਂ, ਤਭੀ ਸਟੋਪ ਕਰ ਦੇਣਾ, ਉਸਮੇ ਜੋ ਵੀ ਸਾਇੰਸ ਸਿਮਟਮ ਆ ਗਿਆ, ਕੋਈ ਵੀ ਬਾਡੀ ਮੇ ਹਰਕਤ ਹੋਤੀ ਹੈ, ਠੀਕ ਹੈ, ਤੋ ਤਭੀ ਆਪਨੇ ਸਟੋਪ ਕਰਨਾ, ਇਟ ਮੀਨਸ ਕਿ ਉਸਕੀ ਹਾਰਟ ਬੀਟ ਰਿਵਾਈਵ ਹੋ ਗਈ ਹੈ, ਤੋ ਇਹ ਕੰਟੀਨਿਊ ਰੱਖਣਾ ਜਦ ਤੱਕ ਉਹ ਪੇਸ਼ੈਂਟ ਹਾਸਪਿਟਲ ਕੇ ਬੈੱਡ ਕੇ ਉੱਪਰ ਨਹੀਂ ਪਹੁੰਚਦਾ। ਮੈਡੀਕਲ ਸੁਪਰਵਾਈਜ਼ਰ ਮੇ ਪਹੁੰਚ ਗਿਆ, ਡਾਕਟਰਸ ਹੈ, ਮੈਡੀਕਲ ਸਟਾਫ ਹੈ, ਤੂੰ ਆਪਣੇ ਆਪ ਹੈਂਡਲ ਕਰੇਗੀ, ਠੀਕ ਹੈ, ਉਹਨੂੰ ਆ ਕੇ ਕਿਆ ਫਰਦਰ ਟ੍ਰੀਟਮੈਂਟ ਦੇਣਾ, ਕਿਆ ਕਰਨਾ ਹੈ, ਹੋਰ ਕਾ ਕੰਮ ਹੈ। ਲੇਕਿਨ ਐਜ਼ ਏ ਫਸਟ ਏਡਰ ਹਮ ਉਸਕੋ ਚੈਸਟ ਕੰਪਰੈਸ਼ਨ ਦੇਕਰ ਵਹਾਂ ਤੱਕ ਪਹੁੰਚਾਏਗਾ, ਔਰ ਅਗਰ ਸਾਹ ਦੇਣਾ ਹੋ ਤੋ 30 ਵਾਰ ਇਸਕੋ ਦਬਾਣੇ ਕੇ ਬਾਅਦ 2 ਵਾਰ ਨਾਕ ਕੋ ਬੰਦ ਕਰਨਾ ਹੈ, ਮਾਊਥ ਕੋ ਓਪਨ ਕਰਨਾ ਹੈ, ਔਰ ਇਸਮੇ 2 ਵਾਰ ਆਪਣੇ ਬਲੋ ਕਰਨੀ ਹੈ, 2 ਵਾਰ ਸਾਹ ਦੇਣੀ ਹੈ, ਠੀਕ ਹੈ। ਲੇਕਿਨ ਅਭੀ ਇਹ ਕਰਨਾ ਹੀ ਨਹੀਂ ਹੈ ਕੰਮ, ਕਿਉਂਕਿ ਅਭੀ ਕੋਵਿਡ ਹੈ, ਤੋ ਉਸਸੇ ਫਸਟ ਏਡ ਕੋ ਵੀ ਕੋਈ ਇਨਫੈਕਸ਼ਨ ਹੋ ਸਕਦੀ ਹੈ, ਹੋ ਸਕਦਾ ਹੈ ਉਹ ਪੋਜ਼ਿਟਿਵ ਹੋ, ਬਹੁਤ ਸੇ ਕੇਸ ਅਭੀ ਹੈ, ਠੀਕ ਹੈ, ਇੰਡੀਆ ਮੇ ਅਭੀ ਰੀਸੈਂਟਲੀ ਇੱਕ ਰਾਜਸਥਾਨ ਮੇ ਕਿਸੀ ਮੰਤਰੀ ਕੋ ਹੋ ਗਿਆ ਥਾ ਪੋਜ਼ਿਟਿਵ ਆਇਆ ਵੋ, ਠੀਕ ਹੈ, ਕੋਵਿਡ ਤੋ ਅਭੀ ਗਿਆ ਨਹੀਂ ਹੈ, ਤੋ ਵੈਸੇ ਪ੍ਰੀਕਾਸ਼ਨ ਰੱਖਣੀ ਹੈ ਆਪਣੀ, ਜੋ ਪਹਿਲੇ ਰੱਖਦੇ ਸੀ ਨਾ, ਉਹ ਦੁਬਾਰਾ ਕਦੀ ਵੀ ਆਊਟਬ੍ਰੇਕ ਹੋ ਸਕਦੀ ਹੈ, ਠੀਕ ਹੈ। ਤੋ ਹਮੇਸ਼ਾ ਹਮੇ ਆਪਣੇ ਪਰਸਨਲ ਹਾਈਜੀਨ ਕੇ ਬਾਰੇ ਮੇ, ਸਾਫ਼ ਸਫਾਈ ਕੇ ਬਾਰੇ ਮੇ, ਠੀਕ ਹੈ, ਇਸਕੇ ਬਾਰੇ ਮੇ, ਫਿਟਨੈਸ ਕੇ ਬਾਰੇ ਮੇ ਧਿਆਨ ਰੱਖਣੀ ਚਾਹੀਏ। ਆ ਜਾਓ ਬੇਟਾ, ਕੋਈ ਕਰੋ ਕਰੋ ਆਓ ਬੇਟਾ, ਔਰ ਆਏਗਾ ਕੰਮ।
हाँ रुकेगी बेटा, उसको बाहर निकालना सेफली, वो तो पानी बाहर नहीं निकालना, ठीक है। तो इस बच्ची का सवाल था कि किसी डूबे हुए आदमी को हम बाहर निकालते हैं, तो एक कॉमन मिसकंसेप्शन ये होती है कि उसको उल्टा करके पेट वाले हिस्से को कमर से दबाते हैं। पानी बाहर निकालना इम्पोर्टेंट भी नहीं है और ये बिल्कुल गलत है, निकालना नहीं है जबरदस्ती। क्या करोगे आप जब ऐसे उल्टा करके उसके पेट को दबाओगे आप, तो उसमें जो भी आपके इंटेस्टाइन में अंतड़ियों में जो कुछ भी खाया पिया हुआ सुबह का ब्रेकफास्ट किया फूड मटेरियल है, वो एकदम से दबाव देने से गले में आएंगे। और यहाँ पे आपको पता है दो पाइप्स है, एक विंड पाइप है और एक भोजन नली है। तो भोजन नली से वो चीज निकली, वो ऑलरेडी अनकॉन्शियस था, बेहोश था, उसका मुंह बंद था, और वो जब प्रेशर को आपने रिलीज किया तो वो कहाँ एस्पिरेट कर जाएगा, वो सांस नहीं में चलेगा। और इसीलिए बेहोशी की हाथ में कभी भी किसी को पानी नहीं पिलाना, एक चम्मच भी पानी का नहीं डालना उसके मुंह में। पानी तो आदमी को 10 घंटे भी ना मिले वो जिंदा रह सकता है, लेकिन गलती से आपने बेहोशी की हाथ में किसी को कुछ पिला दिया मुंह के जरिए, तो फिर वो मौत का कारण बन जाएगा। तो बहुत सारी डेथ इस वजह से हो जाती है लोगों में ये भाव। हाँ तो हाँ उसी की वजह से हो जाती है। तो लोग क्या करते हैं, उनके मन में ये भावना होती है कि आदमी अनकॉन्शियस है, बेहोश है, लेकिन उसके मुंह में जबरदस्ती पानी डालने की कोशिश करते हैं। नो, क्योंकि वो अनकॉन्शियस है, स्वेलो करने की कैपेसिटी नहीं है उसमें, निगलने की कैपेसिटी नहीं है, वो सीधा कहाँ चला जाएगा, फेफड़ों में चला जाएगा। अभी इसकी सांस नाली खुली हुई है, भोजन नाली बंद है, तो फिर वो अगर फेफड़ों में चला गया जहाँ हवा जानी चाहिए थी, आओ बेटा, तो फिर उसकी सांस रुकने की वजह से डेथ हो जाएगी। हाँ, चेस्ट कंप्रेशन देने, अगर बेहोश है सांस चल रही है तो उल्टा करके लिटा देंगे रिकवरी पेशेंट में बगल के बल, और अगर नहीं है तो चेस्ट कंप्रेशन सीधा देंगे और एम्बुलेंस गाड़ी। हाँ, रिकवरी पेशेंट में छोड़ना नहीं है, तब तक उसके साथ रहे जब तक वो हॉस्पिटल में, एम्बुलेंस गाड़ी को आपने कॉल कर दी, लेकिन तब तक आपने लुक आफ्टर करना है, ये बटन वगैरह आपने लूज कर देने, टाई हो सकती है, बेल्ट हो सकती है, स्कूल रिकवरी एनक वगैरह आपने उतार दी, खिड़की का दौरा भी हो सकता है, तो उस केस में सांस नहीं बंद होती है, तो उसमें बेहोशी के हाथ में उसको ऐसे घुमा दो, आपको ऐसे करो, इस हाथ की हथेली को यहाँ पे रखो, यहाँ पे क्रॉस करो, आगे हो जाओ बिल्कुल साथ में। नहीं कोई बात नहीं, आपने जो भी आप हैंड यूज करते हो, ठीक है, जो जिस हाथ से आप कर रहे हो, बस इस बात का ध्यान रखना कि ये अंगूठा इस तरफ हो, चिन की तरफ हो, अगर आप लेफ्ट हैंड यूज कर रहे हो तो उल्टी तरफ हो जाएंगे। चलो दबाओ, पूरा ऐसे इनको लॉक कर लो, पूरा जोर से दबाओ ऊपर से, पूरा जोर से दबाने का आवाज ही है, नहीं अभी नहीं आया, इस हाथ की इनको ऊपर रखो, ऊपर वाले हाथ से नीचे वाले को जोर से दबाओ, कुछ नहीं होगा, ये डमी है, वहां तक लेकर जाओ जहाँ पर आवाज आ रही है। तो ये कितना दबाव है, 2 से 2.5 इंच तक का दबाव है। जब हैंड्स ऑन प्रैक्टिस, इसीलिए हम डमी लेकर जाते हैं सभी इंस्टीट्यूशन में, अलाइव व्यक्ति के ऊपर कभी भी ऐसी कोशिश नहीं करनी है, जिसकी हार्ट बीट चल रही है रुक जाएगी, ठीक है, ये तभी करना जब रुकी हो। तो आपका थोड़ा सा फिजिकली स्ट्रांग होना भी बहुत जरूरी है ना, अगर आपके हाथों में जान लीजिए तो बचाओगे किसी को कैसे, ठीक है, कहीं ऐसा ना हो कि आपको ही सीपीआर देना पड़ जाए, आप थक गए बोलोगे जी मैं तो डॉक्टर हो गया। मैं तो रहती अभी मेरे पास से खड़े हुए मिलिए पर्सन जानते हैं, एक आदमी को 45 मिनट तक मैं कंटिन्यूसली सीपीआर देता रहा, आज वो अपने परिवार में हंस के हुए। और एक बात नोट कर लो, अगर आदमी कॉन्शियस है, उसको हार्ट अटैक आ चुका है, तो क्या करोगे, उसको कंफर्टेबली बिठाएंगे, उनको हौसला देंगे, और एक लिख लीजिए डिस्प्रिन की गोली के बारे में मालूम है ना, ये आपके पास हमेशा ही होनी चाहिए, आपके घर में बॉक्स में ओला काउंटर टैक मिलती है, ये ब्लड थिनर का काम करती है, तो आप घर से एक गिलास पानी लेकर उसमें घोलकर मैक्सिमम एक नर्स को आप 2 डिस्प्रिन की गोली दे सकते हो, अगर पानी नहीं है तो चबाने के लिए दे सकते हो। तो किसी को, हाँ आइडेंटिफाई,
अगर हार्ट अटैक आ गया साइन सिम्टम जो है उसमें चेस्ट पेन उसको आया और पसीना आ रहा है उसको ऐसा लग रहा है कि मेरी छाती में बहुत ज्यादा दर्द हो रहा है, ये पेन कैसा होगा? अनबेरेबल होगा, ना बर्दाश्त होने वाला दर्द होगा या चलता हुआ दर्द होगा, पेन ट्रैवल कर रहा होगा, लेफ्ट साइड से उठेगा लेफ्ट तरफ बाजू की तरफ हो जाएगा। तो अगर ऐसा है तो उसको आपने बिठाकर एक डिस्किन की गोली दे सकते हो, हॉस्पिटल पहुंचाने से पहले दे सकते हो। तो हमें सभी फर्स्ट एडर को ये सिखाते हैं कि उसको अगर आपको साइन सिम्टम मैंने प्रॉपर मालूम है कि पता चल गया कि ये हार्ट का पेशेंट है तो उसको आप ये, और डॉक्टर जिनको पहले हार्ट अटैक आ चुका हो उनको कुछ मेडिसिन देते हैं कि जीभ नीचे आपने रख लेना मुंह के अंदर घुल जाती है, वो प्रोग्रेशन हो सकती है, सॉर्बिट्रेट हो सकती है, लेकिन एज ए फर्स्ट एडर आप एक डिस्किन की गोली दे सकते हो, राइट। तो मोटापे के ऊपर कंट्रोल रखना है, हेल्दी भी बनना, लेकिन ऐसा नहीं हेल्दी बनना चला ही ना जाए आपसे, ठीक है। फिटनेस की तरफ ध्यान रखना आपने, अभी मेरी एज 45 इयर्स है, ठीक है, तो मेरी फिटनेस देख लो आप, कोई पेट नहीं है ऐसा, कोई मोटापा नहीं है, मेरा जितना आइडियल वेट होना चाहिए 75, तो मेरा वेट है 65, तो मैं अंडर वेट हूँ, ओवर वेट नहीं। खाना खाई जो अपना वेट है जो बची है, सुबह उठकर मेडिटेशन करनी है, योगा करना, एक्सरसाइज, और डाइट की तरफ ध्यान देना है, क्योंकि अभी आज मेरे पास टाइम नहीं है, मैं स्पेशली अगर आपका कभी फिर कैंप लगा तो आपको डाइट के बारे में बताऊंगा कि आपको प्रोटीन कितना लेना चाहिए, आयरन कितना चाहिए, आपके बाल झड़ते हैं किस वजह से झड़ते हैं, क्या खाना चाहिए, नहीं भी और भी बहुत सारी चीजें है ना, एक आदमी को डेली में प्रोटीन कितना चाहिए ये आपको मालूम ही नहीं है, तो ऐसी बातें वो अलग सेशन होगा है ना, तो वो कभी फिर आपका कैंप लगेगा स्पेशल तो फिर उसमें करेंगे। और बेटा नेक्स्ट आओ, और बेटा नेक्स्ट आओ, हाँ बेटा, जब भी उसकी दिल की धड़कन स्टॉप होगी, सांस नहीं है, एक फार्मूला नोट कर लीजिए, ठीक है, बंदा अनकॉन्शियस है, अनकॉन्शियस प्लस नॉट ब्रीदिंग, बेहोश है और सांस नहीं ले पा रहा, बस तभी आपने सीपीआर स्टार्ट कर दीजिए, चाहे उसके स्टंट डालाओ चाहे पेसमेकर डालाओ, पेसमेकर भी होता है, नो नो वो नहीं निकलेगा, लेकिन आपने सीपीआर देना है, हमारा निकालना है उसको सेट करना हमारा काम नहीं, पेसमेकर नहीं निकलेगा, नहीं होगा, आपने बस सिर्फ आप बात ये नोट करिए, अगर पेसमेकर भी डला हुआ है या उसके स्टंटिंग भी हुई है, उसको हार्ट अटैक आ गया लेकिन वो सांस नहीं ले पा रहा, स्टंट के बाद भी आ सकता है, दिल का दौरा पड़ सकता है, उन केसेस में आपने जब सांस ली है सीधा ही आपने चेस्ट कंप्रेशन स्टार्ट कर दिया, सीपीआर दे रहा है, और अगर उसकी सांस चल रही है अनकॉन्शियस प्लस ब्रीदिंग, सांस ले रहा है इक्वल टू रिकवरी मिशन, तो रिकवरी मिशन में डाल आप कभी भी नहीं उसी हाथ में देंगे जब वो कॉन्शियस है और उसको दिल का दौरा पड़ चुका है तभी देंगे, ब्रेन स्ट्रोक में नहीं देंगे, डिस्किन कोई ऐसी अफीम नहीं देनी, अलग का दौरा पैदा पैरालिटिक अटैक होता है, लोग कहते हैं अफीम दे दो जी, नो कभी भी नहीं देनी, क्योंकि जो ब्रेन स्ट्रोक है वो दो कारणों की वजह से आ सकता है, इस्केमिक स्ट्रोक आ सकता है या हेमरेजिक स्ट्रोक आ सकता है, ठीक है, तो वो एक अलग सब्जेक्ट है, वो उसको आज हम टच नहीं करेंगे, आज हमारा टॉपिक जो था वो है सीपीआर के बारे में। और कोई सवाल है मन में वो पूछो बेटा, शाबाश, अच्छी बात है, अगर सवाल ज्यादा पूछोगे तो इट मीन्स कि आपको समझ आ जाएगा, आपको फिजिकल तौर पर हेल्दी होना चाहिए, स्टेमिना होना चाहिए बेटे, ताकत होनी चाहिए, योगा एक्सरसाइज वगैरह सवेरे उठ के करा करो, डाइट वाले पास ध्यान दे, तो अभी भगवान ना करे कोई हमारा नियर डियर हो हमारे यहाँ पे, और अगर हम ऊपर से दबा रहे हैं, ये बेटी दबा रही है और उससे दब नहीं रहा, तो फिर वो बचेगा ही, वो तो पहले हार्ट बीट रुक चुकी है, लेकिन हम कोशिश तो कर रहे थे लेकिन वो गलत कोशिश कर रहे थे, हमें हमसे दबा भी नहीं दिया जा रहा था, तो फिर क्या होगा, पछतावा ही होगा उसके बाद कि मैं उसको बचा नहीं पाया, जोर लगाओ बेटा, शाबाश, हिम्मत से दबाओ, यहाँ तक पूरा जोर से, हाथ नहीं हिला, दबाई दो, जोर लगाओ,
ये का आपका हाथ वहाँ पे सेट हो जाएगा, ठीक है, वहाँ आवाज नहीं आएगी, वहाँ तो आपने बस इतने दबाव को देना है, ये सीधे प्रैक्टिस कर लेना। आप वहाँ तो आपको साइन सिम्टम जब आएंगे ना तभी आएगी, लेकिन आपकी प्रैक्टिस होगी, आपने जब यहाँ पे दबाकर देखा ना तो आपको एक आइडिया हो जाएगा कि मैंने इतना दबाना है, वो दबाव थोड़ा अगर कम भी हो गया तो भी दिक्कत नहीं है, ज्यादा भी हो गया कोई दिक्कत नहीं है, लेकिन ऐसा ना हो कि बिल्कुल ही हम दबाव नहीं दे रहे, जैसे इस बच्ची ने कोशिश तो की लेकिन वो प्रॉपर दबाव नहीं था, ठीक है, दो तिहाई जो है इन डेप्थ में जाना था, अभी देखो ये बिल्कुल ठीक है, अभी इसको एक प्रैक्टिस होगी कि मैंने इतना दबा है, हैंड ऑन प्रैक्टिस का पर्पज ही होता है। बहुत अच्छे तरीके से दबाव दे रहे हैं एक्चुअली। आप नहीं हिलना, खुद नहीं हिलना, किसी रहो शरीर इसको हिलना के, बस हाथ ही हिलने चाहिए, बॉडी शेक नहीं करनी चाहिए, तो बेटा बड़ा इजी काम है, एक कोई बड़ी दिक्कत वाली गल नहीं है कि बस प्रॉपर हाथ हिट रखने, हड्डियां तो भार उपर चाह के बस दबा देने, हाले को मेरे बाद मोटे हिल रहे हैं, बस कुछ नहीं करना, बस बाद इसको ज्यादा स्लो भी नहीं करना, ज्यादा फास्ट भी नहीं करना, अगर ऐसे बड़े आराम से करते रहोगे आप वो तो फिर गलत है, और बीच में से पूछ रहे हो कि एम्बुलेंस गाड़ी आई है उसको छोड़ दिया, और इतनी जल्दबाजी भी नहीं करनी ऐसे आप यही ऐसे नहीं, और उसके बाद क्या होगा आप एग्जॉस्टेड हो जाओगे, कभी नहीं मिलता होगा इस करके इसको सीरियसली, हाँ बिल्कुल ठीक है, एक्सीलेंट बिल्कुल ठीक, नहीं मैं तो नहीं गया, नहीं मैं नहीं गया, अक्साई जाने ने कहा धोबिया ने की, धोबिया ने की, धोबिया ने उतनों पा दी गल पाई सी, गल पाई है पाई है, फिर मैं बात कर गल Respectable Mr. Naresh Pathankya, coordinators of all the four NSS units. And media to aaye hoye sari sadi pra aur pyare bachcho NSS ke volunteers, bada acha lagya ki bada NSS da jehda 7-day camp chal raha hai ohde vich inna ne coordinators ne jehda hai isko first aid nu vi ik training da is da part banaya, kyunki ajj kal jis tarah di sadi zindagi chal rahi hai ki raftaar de vich ta har ik main dekh rahi si ki bachcha de vich vi inni jaan nahi hegi vi, zor vi nahi lag raha
ਤਾਂ ਈਸ਼ਵਰ ਦੀਆਂ ਚੀਜ਼ਾਂ ਜਿਹੜੀਆਂ ਹਨ ਸਿੱਖਣੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਰੱਬ ਨਾ ਕਰੇ ਕਦੇ ਆਪਾਂ ਨੂੰ ਘਰ ਦੇ ਵਿੱਚ ਵੀ ਲੋੜ ਪੈ ਸਕਦੀ ਹੈ ਜਾਂ ਸੜਕ ਤੇ ਜਾਂਦੇ ਹੋਏ ਵੀ ਲੋੜ ਪੈ ਸਕਦੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹਨ ਤੁਹਾਨੂੰ ਤੁਹਾਡੀ ਲਾਈਫ ਦਾ ਇੱਕ ਹਿੱਸਾ ਹੋਣੀਆਂ ਚਾਹੀਦੀਆਂ ਹਨ, ਇਸ ਤਰ੍ਹਾਂ ਦੀਆਂ ਟ੍ਰੇਨਿੰਗ ਜਿਹੜੀਆਂ ਹਨ। ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਐਨਐਸਐਸ ਦੇ ਜਿਹੜੇ ਕੋਆਰਡੀਨੇਟਰਸ ਹਨ ਕਿ ਉਹਨਾਂ ਨੇ ਬੱਚਿਆਂ ਦੇ ਵਾਸਤੇ ਸੋਚਿਆ ਔਰ ਉਹਨਾਂ ਨੂੰ ਇਸ ਟ੍ਰੇਨਿੰਗ ਨੂੰ ਦਵਾਉਣ ਦੇ ਬਾਰੇ ਉਹਨਾਂ ਨੇ ਹੀਲਾ ਕੀਤਾ। ਔਰ ਜਿੱਥੋਂ ਤੱਕ ਮਿਸਟਰ ਨਰੇਸ਼ ਪਠਾਨੀਆ ਦਾ ਸਵਾਲ ਹੈ ਕਿ ਮੈਨੂੰ ਲੱਗਦਾ ਕਿ ਮੈਂ 25 ਸਾਲਾਂ ਤੋਂ ਨਰੇਸ਼ ਜੀ ਨੂੰ ਜਾਣਦੀ ਹਾਂ। ਸ਼ਾਇਦ ਨਰੇਸ਼ ਜੀ ਨੂੰ ਨਹੀਂ ਪਤਾ ਹੋਏਗਾ ਕਿ ਮੇਰੇ ਹਸਬੈਂਡ ਇੰਜੀਨੀਅਰਿੰਗ ਕਾਲਜ ਦੇ ਵਿੱਚ ਸੀ ਔਰ ਉਹ ਐਨਐਸਐਸ ਦੇ ਪ੍ਰੋਗਰਾਮ ਆਫਿਸਰ ਸਨ, ਤਾਂ ਉਦੋਂ ਤੋਂ ਇਹਨਾਂ ਦਾ ਨਾਮ ਸੁਣਦੀ ਆ ਰਹੀ ਹਾਂ ਔਰ ਉਦੋਂ ਤੋਂ ਹੀ ਐਕਟਿਵ ਹਨ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਕਲੈਪਿੰਗ ਕਰਨੀ ਚਾਹੀਦੀ ਹੈ ਕਿ 25 ਸਾਲਾਂ ਤੋਂ ਇੱਕ ਇਨਸਾਨ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਰਾਤ ਦਿਨ ਜੁਟਿਆ ਹੋਇਆ ਹੈ। ਤਾਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਕੱਲ੍ਹ ਤੁਹਾਡਾ ਕਲਮੀਨੇਸ਼ਨ ਹੈ ਕੈਂਪ ਦਾ, 7-day ਕੈਂਪ ਦਾ, ਔਰ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਅਸੀਂ ਕੋਈ 1-day ਕੈਂਪ ਲਗਾਵਾਂਗੇ ਤਾਂ ਅਸੀਂ ਨਰੇਸ਼ ਪਠਾਨੀਆ ਜੀ ਦੀਆਂ ਸੇਵਾਵਾਂ ਜ਼ਰੂਰ ਲੈਂਦੇ ਰਹਾਂਗੇ ਔਰ ਨਾਲ ਹੀ ਮੀਡੀਆ ਤੋਂ ਆਏ ਹੋਏ ਸਾਡੇ ਭਰਾਵਾਂ ਦੀਆਂ ਵੀ ਸੇਵਾਵਾਂ ਲੈਂਦੇ ਰਹਾਂਗੇ। ਤਾਂ ਬਹੁਤ ਬਹੁਤ ਧੰਨਵਾਦ। ਵੋਲੰਟੀਅਰਸ ਪਲੀਜ਼ ਨੀਚੇ ਗਾਰਡਨ ਮੇ ਚਲੇ, ਖਾਣਾ ਰੈਡੀ ਹੈ। ਮੀਡੀਆ ਪਰਸਨ ਜਿਨ੍ਹਾਂ ਆਜ ਹਮੇ ਜੁਆਇਨ ਕੀਆ ਹੈ, ਨਰੇਸ਼ ਸਰ ਪਲੀਜ਼ ਜੁਆਇਨ ਅਸ, ਵੋਲੰਟੀਅਰਸ ਕੀ ਤਰਫ ਸੇ ਆਪ ਹਮਾਰੇ ਸਾਥ ਖਾਣਾ ਖਾਏ। ਜੀ ਮੈਮ, ਕੀ ਕਹਿਣਾ ਚਾਹੁੰਦਾ? ਅੱਜ ਇਹ ਸਾਡੇ 7-day ਕੈਂਪ ਦਾ, ਐਨਐਸਐਸ ਦੇ 7-day ਕੈਂਪ ਦਾ 6ਵਾਂ ਦਿਨ ਸੀ ਔਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ 2019 ਦੇ ਵਿੱਚ ਕਿਉਂਕਿ ਕੋਵਿਡ ਸੀ ਅਸੀਂ ਨਹੀਂ ਕੈਂਪ ਲਗਾ ਸਕੇ, ਤਾਂ ਆਲਮੋਸਟ 5 ਸਾਲਾਂ ਬਾਅਦ ਇਹ ਕਾਲਜ ਦੇ ਵਿੱਚ 7 ਰੋਜ਼ਾ ਕੈਂਪ ਜਿਹੜਾ ਹੈ ਐਨਐਸਐਸ ਦਾ ਅਸੀਂ ਐਤਕੀ ਵਾਰੀ ਸ਼ੁਰੂ ਕੀਤਾ ਔਰ ਇਸ ਦੇ ਵਿੱਚ ਬੱਚਿਆਂ ਨੂੰ ਫਸਟ ਏਡ ਦੀ ਟ੍ਰੇਨਿੰਗ, ਬੱਚਿਆਂ ਨੂੰ ਉਹਨਾਂ ਦੀ ਹੈਲਥ ਐਂਡ ਹਾਈਜੀਨ ਦੇ ਬਾਰੇ, ਬੱਚਿਆਂ ਨੂੰ ਟ੍ਰੈਫਿਕ ਰੂਲਸ ਦੇ ਬਾਰੇ, ਔਰ ਇੱਥੇ ਇੱਕ ਐਨਜੀਓ ਹੈ ਸਮਾਈਲ ਐਨਜੀਓ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੇ ਕੁਝ ਐਕਟੀਵਿਟੀਜ਼ ਕੀਤੀਆਂ ਜਿਸ ਤਰ੍ਹਾਂ ਕਿ ਚੌਰਾਹੇ ਤੇ ਜਾ ਕੇ ਜਿਹੜੇ ਬੈਗਰਸ ਹਨ ਲੋਕਾਂ ਨੂੰ ਸੁਚੇਤ ਕੀਤਾ ਕਿ ਇਹਨਾਂ ਨੂੰ ਭੀਖ ਨਾ ਦਿੱਤੀ ਜਾਵੇ ਔਰ ਸਮਾਈਲ ਐਨਜੀਓ ਦੇ ਵੱਲੋਂ ਇੱਕ ਕਾਲਜ ਨੂੰ ਆਫਰ ਦਿੱਤੀ ਗਈ ਕਿ ਜੇ ਅਸੀਂ ਇਸ ਤਰ੍ਹਾਂ ਦੇ ਬੱਚੇ ਆਈਡੈਂਟੀਫਾਈ ਕਰਦੇ ਹਾਂ ਤਾਂ ਉਹ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਹੈ ਪੂਰਾ ਖਰਚਾ ਚੱਕਣਗੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਇਹ ਵੀ ਆਫਰ ਦਿੱਤੀ ਕਿ ਤੁਸੀਂ ਬੱਚਾ ਅਡੋਪਟ ਵੀ ਕਰ ਸਕਦੇ ਹੋ ਕੋਈ ਔਰ ਉਸਦਾ ਪੜ੍ਹਾਈ ਦਾ ਖਰਚਾ ਜਿਹੜਾ ਹੈ ਤੁਸੀਂ ਚੱਕ ਸਕਦੇ ਹੋ। ਤਾਂ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਐਕਟੀਵਿਟੀਜ਼ ਜਿਹੜੀਆਂ ਹਨ ਅਸੀਂ ਇਸ 7 ਰੋਜ਼ਾ ਐਨਐਸਐਸ ਕੈਂਪ ਦੇ ਵਿੱਚ ਕਰਵਾ ਰਹੇ ਹਾਂ ਜਿਸ ਦੇ ਨਾਲ ਕਿ ਬੱਚਿਆਂ ਦੀਆਂ ਫਿਜ਼ੀਕਲ ਐਕਟੀਵਿਟੀਜ਼ ਵੀ ਹੋ ਰਹੀਆਂ ਹਨ, ਬੱਚਿਆਂ ਦੀ ਮੈਂਟਲ ਐਕਟੀਵਿਟੀ ਵੀ ਹੋ ਰਹੀ ਹੈ ਔਰ ਸਮਾਜ ਦੇ ਪ੍ਰਤੀ, ਸਮਾਜ ਦੇ ਵਿੱਚ ਜੋ ਕੁਰੀਤੀਆਂ ਚੱਲ ਰਹੀਆਂ ਹਨ ਉਹਨਾਂ ਦੇ ਪ੍ਰਤੀ ਵੀ ਅਸੀਂ ਬੱਚਿਆਂ ਨੂੰ ਜਿਹੜੀ ਹੈ ਸੁਚੇਤ ਕਰ ਰਹੇ ਹਾਂ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਚਾਰੋਂ ਯੂਨਿਟਸ ਦੇ, ਕਿਉਂਕਿ 2 ਲੜਕੀਆਂ ਦਾ ਯੂਨਿਟਸ ਹਨ ਔਰ 2 ਲੜਕਿਆਂ ਦੇ ਯੂਨਿਟਸ ਹਨ, ਤਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਆਫਿਸਰਸ ਹਨ ਉਹ ਵੀ ਵੱਧ ਚੜ੍ਹ ਕੇ ਪੂਰੇ ਉਤਸ਼ਾਹ ਦੇ ਨਾਲ ਬੱਚਿਆਂ ਦੀ ਹਰ ਪੱਖੋਂ ਵਿਕਾਸ ਕਰਨ ਦੀ ਇਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।
ਤਾਂ ਮੈਂ ਉਹਨਾਂ ਪ੍ਰੋਗਰਾਮ ਆਫਿਸਰਸ ਦਾ ਵੀ ਧੰਨਵਾਦ ਕਰਦੀ ਹਾਂ ਔਰ ਬੜਾ ਅੱਛਾ ਲੱਗ ਰਿਹਾ ਹੈ ਔਰ ਇਸ ਤਰ੍ਹਾਂ ਦੀਆਂ ਹੀ ਐਕਟੀਵਿਟੀਜ਼ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਇੱਕ ਰੋਜ਼ਾ ਕੈਂਪ ਵੀ ਚਲਾਵਾਂਗੇ NSS ਦਾ ਤਾਂ ਉਹਦੇ ਵਿੱਚ ਵੀ ਸਮੇਂ ਸਮੇਂ ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਰਹਾਂਗੇ ਧੰਨਵਾਦ ਜੀ ਮੈਂ ਨਰੇਸ਼ ਪਠਾਣੀਆ ਰੈੱਡ ਕਰਾਸ ਦੇ ਵਿੱਚ ਮੈਂ ਬਤੌਰ ਫਸਟ ਏਡ ਟ੍ਰੇਨਰ ਜਿਹੜਾ ਕੰਮ ਕਰ ਰਿਹਾ ਅੱਜ ਗੌਰਮੈਂਟ ਜਿੰਦਾ ਕਾਲਜ ਦੇ NSS ਜਿਹੜੇ ਕੈਂਪ ਦੇ ਵਿੱਚ ਅੱਜ 6ਵਾਂ ਦਿਨ ਸੀਗਾ ਅਤੇ ਉਹਦੇ ਵਿੱਚ ਕਾਲਜ ਪ੍ਰਿੰਸੀਪਲ ਪ੍ਰੋਗਰਾਮ ਆਫਿਸਰਸ ਵੱਲੋਂ ਜਿਹੜੇ ਅੱਜ ਸਾਨੂੰ ਕਾਲ ਕੀਤਾ ਗਿਆ ਸੀ ਰੈੱਡ ਕਰਾਸ ਵੱਲੋਂ ਬੱਚਿਆਂ ਨੂੰ ਅੱਜ ਜਿਹੜਾ ਵਿੱਦਿਅਕ ਜਿਹੜੀਆਂ ਸਾਡੀਆਂ ਚੱਲਦੀਆਂ ਨੇ ਸਿੱਖਿਆਵਾਂ ਉਹਦੇ ਨਾਲ ਨਾਲ ਜਿਹੜਾ ਫਸਟ ਏਡ ਦੀ ਰਿਗਾਰਡਿੰਗ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਨੂੰ ਜਿਹੜਾ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੈਂ ਸਮਝਦਾ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਇਨਸਾਨ ਨੂੰ ਮੁੱਢਲੀ ਸਿਹਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੇ ਇਸ NSS ਕੈਂਪ ਦੌਰਾਨ ਬੱਚਿਆਂ ਨੂੰ CPR ਬਾਰੇ ਦਿਲ ਦੇ ਦੌਰੇ ਪੈਣ ਦੇ ਚਿੰਨ ਲੱਛਣ ਕੀ ਨੇ ਇਸ ਤੋਂ ਬਚਾਅ ਵਾਸਤੇ ਕਿਵੇਂ ਰੱਖਣਾ ਅਤੇ ਆਪਣੀ ਸਿਹਤ ਦਾ ਕਿਵੇਂ ਸੰਭਾਲ ਰੱਖਣਾ ਇਹਨਾਂ ਗੱਲਾਂ ਬਾਰੇ ਜਿਹੜੀ ਹੈ ਪ੍ਰੈਕਟੀਕਲ ਅਤੇ ਥਰੈਟੀਕਲ ਜਾਣਕਾਰੀ ਦਿੱਤੀ। ਕਈ ਵਾਰੀ ਕੋਈ ਹਾਰਟ ਅਟੈਕ ਆ ਜਾਂਦਾ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਉਹ ਉਸੇ ਟਾਈਮ ਪਾਣੀ ਪਿਆ ਦਿੰਦੇ ਕਿ ਇਹ ਜਾਇਜ਼ ਹੈ। ਜੀ ਬਿਲਕੁਲ, ਜਿਹੜਾ ਬਹੁਤ ਵਾਜਬ ਤੁਸੀਂ ਸਵਾਲ ਰੱਖਿਆ ਹੈਗਾ ਕਿ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਹੈ ਰੋਡ ਐਕਸੀਡੈਂਟ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਤਾਂ ਉਹਨਾਂ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਹੁੰਦੀ ਹੈ ਕਿ ਬੇਹੋਸ਼ ਵਿਅਕਤੀ ਦੇ ਮੂੰਹ ਦੇ ਵਿੱਚ ਪਾਣੀ ਪਾ ਦਿੰਦੇ ਨੇ ਅਤੇ ਬਿਲਕੁਲ ਜਿਵੇਂ ਅੱਜ ਇਸ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਵੀ ਬੱਚਿਆਂ ਨੂੰ ਦੱਸਿਆ ਗਿਆ ਕਿ ਕਦੇ ਵੀ ਬੇਹੋਸ਼ੀ ਦੇ ਹਾਲ ਵਿੱਚ ਪਏ ਹੋਏ ਵਿਅਕਤੀ ਦੇ ਮੂੰਹ ਦੇ ਵਿੱਚ ਅਸੀਂ ਪਾਣੀ ਨਹੀਂ ਪਾਉਣਾ। ਇੱਕ ਘੁੱਟ ਵੀ ਪਾਣੀ ਪਿਆ ਦਿੰਦੇ ਹਾਂ ਤਾਂ ਉਹਦੇ ਨਾਲ ਕੀ ਹੈ ਕਿ ਸਾਡਾ ਉਹ ਸਾਹ ਨਾਲੀ ਰਾਹੀਂ ਹੁੰਦਾ ਹੋਇਆ ਫੇਫੜੇ ਚਲਾ ਜਾਂਦਾ ਅਤੇ ਸਾਹ ਰੁਕਣ ਕਰਕੇ ਮੌਤ ਦਾ ਕਾਰਨ ਬਣ ਸਕਦਾ ਹੈ। ਜਦੋਂ ਹੋਸ਼ ਆ ਜਾਂਦਾ ਕੋਈ ਵੀ ਵਿਅਕਤੀ ਫਿਰ ਉਸ ਤੋਂ ਬਾਅਦ ਅਸੀਂ ਉਸਨੂੰ ਪੀਣ ਲਈ ਪਾਣੀ ਦਿੰਦੇ। ਕਈ ਵਾਰੀ ਕੋਈ ਵਿਅਕਤੀ ਪਾਣੀ 'ਚ ਡੁੱਬ ਜਾਂਦਾ ਤਾਂ ਉਸਨੂੰ ਮੂੰਹ ਤਾਂ ਪਾ ਦਿੰਦਾ ਵੀ ਪਾਣੀ ਘੱਟਦੀ ਹੈ ਕਿ ਕਿਸ ਤਰ੍ਹਾਂ? ਬਿਲਕੁਲ, ਬਹੁਤ ਸਾਰੀਆਂ ਮਿਥ ਨੇ ਜੀ, ਬਹੁਤ ਸਾਰੇ ਅੰਧਵਿਸ਼ਵਾਸ ਜੁੜੇ ਹੋਏ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਲੈਕ ਆਫ ਅਵੇਅਰਨੈਸ ਜਾਗਰੂਕਤਾ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਉਹ ਜਿਹੜੀਆਂ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਨੇ ਉਹਨਾਂ ਮੁਤਾਬਕ ਉਹਨਾਂ ਨੂੰ ਇਹੀ ਪੜਿਆ ਹੁੰਦਾ ਜਾਂ ਸਿੱਖਿਆ ਹੁੰਦਾ ਉਹਨਾਂ ਨੇ ਕਿ ਜਦੋਂ ਵੀ ਕੋਈ ਵਿਅਕਤੀ ਪਾਣੀ 'ਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਸਨੂੰ ਮੁੱਢਾ ਪਾ ਕੇ ਪੇਟ ਦੇ ਵਿੱਚੋਂ ਪਾਣੀ ਬਾਹਰ ਕੱਢ ਲਓ। ਇਹ ਬੜਾ ਖਤਰਨਾਕ ਹੋ ਸਕਦਾ, ਕਦੇ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਐਫਰਟਸ ਨਹੀਂ ਕਰਨੇ, ਬਲਕਿ ਇਹ ਜ਼ਰੂਰੀ ਹੁੰਦਾ ਕਿ ਜਦੋਂ ਉਸਨੂੰ ਅਸੀਂ ਸੇਫਲੀ ਪਾਣੀ ਵਿੱਚੋਂ ਬਾਹਰ ਕੱਢਿਆ ਆਪਦੀ ਸੇਫਟੀ ਦਾ ਵੀ ਧਿਆਨ ਰੱਖਣਾ, ਬਾਹਰੋਂ ਰਹਿ ਕੇ ਹੀ ਕੋਸ਼ਿਸ਼ ਕਰਨੀ ਹੈ। ਉਸ ਤੋਂ ਬਾਅਦ ਅਸੀਂ ਸਿਰਫ ਉਹਦੇ ਏਅਰਵੇਜ਼ ਚੈੱਕ ਕਰਨੇ ਨੇ, ਉਹਦੇ 'ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ, ਉਸਨੂੰ ਅਸੀਂ ਓਪਨ ਕਰਨਾ, ਦੈਨ ਉਸ ਤੋਂ ਬਾਅਦ ਅਸੀਂ ਉਹਦਾ ਰੈਸਪੀਰੇਸ਼ਨ ਸਾਹ ਚੈੱਕ ਕਰਨਾ। ਜੇ ਇਨ ਕੇਸ ਨਹੀਂ ਚੱਲਦੀ ਤਾਂ ਫਿਰ ਅਸੀਂ ਚੈਸਟ ਕੰਪਰੈਸ਼ਨ ਜਿਸ ਨੂੰ ਅਸੀਂ CPR ਵੀ ਫਸਟ ਏਡ ਸਿਖਾਉਂਦੇ ਹਾਂਗੇ ਉਹ ਅਸੀਂ ਫਟਾਫਟ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਨੀ ਹੈ, ਲੇਕਿਨ ਪੇਟ ਦੇ ਵਿੱਚੋਂ ਜ਼ਬਰਦਸਤੀ ਫੋਰਸਿਬਲੀ ਪਾਣੀ ਬਾਹਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਸਰ, ਅੱਜ ਤੁਸੀਂ ਬੱਚਿਆਂ ਨੂੰ ਸਨੇਕ ਬਾਈਟ ਬਾਰੇ ਵੀ ਜਾਣਕਾਰੀ ਦਿੱਤੀ, ਕੀ ਕਹਿਣਾ ਚਾਹੁੰਦੇ? ਹਾਂਜੀ ਬਿਲਕੁਲ, ਬੱਚਿਆਂ ਨੂੰ ਜਿਹੜਾ ਇਹ ਦੱਸਿਆ ਗਿਆ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਜਦੋਂ ਕਿਸੇ ਨੂੰ ਕੋਈ ਸੱਪ ਲੜ ਜਾਂਦਾ, ਸਨੇਕ ਬਾਈਟ ਹੁੰਦਾ, ਤਾਂ ਉਹਦੇ ਨਾਲ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਜੁੜੀਆਂ ਹੋਈਆਂ ਨੇ, ਜਿਸ ਤਰ੍ਹਾਂ ਕਿ ਲੱਤਬਾਂ ਬੰਨ ਦੇਣੀ ਜਾਂ ਕੋਈ ਮਣਕਾ ਲਾ ਦੇਣਾ ਜਾਂ ਕੋਈ ਪੱਛ ਲਾ ਦੇਣਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈਗਾ। ਫਸਟ ਏਡ ਦੇ ਵਿੱਚ ਪ੍ਰੋਪਰ ਸਾਨੂੰ ਕੀ ਕਰਨਾ ਚਾਹੀਦਾ ਉਸ ਬਾਰੇ ਬੱਚਿਆਂ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਗਈ। ਕਰਨਾ ਕੀ ਹੁੰਦਾ ਕਿ ਬਸ ਹੌਸਲਾ ਦੇਣਾ ਅਤੇ ਉਸ ਤੋਂ ਬਾਅਦ ਐਂਟੀਵੈਨਮ ਟ੍ਰੀਟਮੈਂਟ ਵਾਸਤੇ ਅਸੀਂ ਉਸਨੂੰ ਹੋਸਪਿਟਲ ਤੱਕ ਪਹੁੰਚਾਉਣਾ। ਠੀਕ ਹੈ, ਥੈਂਕ ਯੂ ਸਰ।